ਕਹਿੰਦੇ ਐ ਕਿ ਮਨੁੱਖ ਦੀ ਮਨੁੱਖਤਾ ਉਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਂਦੀ ਹੈ ਜਦੋਂ ਉਸ ਨੂੰ ਦੂਜੇ ਦੇ ਦੁੱਖਾਂ ਤੇ ਤਰਸ ਦੀ ਜਗ੍ਹਾ ਤੇ ਹੱਸ ਆਉਣ ਲੱਗ ਜਾਂਦਾ। ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਵਰਤਾਰਾ ਕੋਈ ਵੱਡੀ ਗੱਲ ਨਹੀਂ ਹੈ, ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਜਿਹੀ ਕੋਈ ਘਟਨਾ ਜਿਹੜੀ ਹੈ ਸਾਨੂੰ ਜ਼ਰੂਰ ਦਿਖ ਜਾਂਦੀ ਹੈ, ਜਿਹੜੀ ਦਰਸਾਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੇ ਰਿਸ਼ਤੇ, ਸਾਡਾ ਵਿਸ਼ਵਾਸ, ਸਾਡੀਆਂ ਭਾਵਨਾਵਾਂ ਜਿਹੜੀਆਂ ਨੇ ਤਰ ਤਰ ਹੋ ਰਹੀਆਂ ਨੇ। ਅੱਜ ਕੱਲ ਰਿਸ਼ਤਿਆਂ ਦੇ ਵਿੱਚ ਮੋਹ, ਪਿਆਰ, ਨਿਗਾਸ, ਉਸਦੀ ਸਾਰੀ ਜਗ੍ਹਾ ਜਿਹੜੀ ਹੈ ਨਾ ਕਿਤੇ ਨਾ ਕਿਤੇ ਮਤਲਬ ਨੇ ਹਾਸਿਲ ਕਰ ਲਈ ਹੈ। ਤੇ ਜਿੱਥੇ ਮਤਲਬ ਦੇ ਨਾਲ ਰਿਸ਼ਤੇ ਜੁੜੇ ਹੋਣ ਉੱਥੇ ਭਾਵਨਾਵਾਂ ਹੋਣੇ ਹੋ ਨਹੀਂ ਸਕਦਾ, ਭਾਵਨਾਵਾਂ ਤੋਂ ਵਿਹੋਣੇ ਰਿਸ਼ਤੇ ਫਿਰ ਦੁੱਖਾਂ ਦੇ ਵਿੱਚ ਵੀ ਹੱਸਣ ਵਾਲੇ ਰੂਪ ਦੇ ਵਿੱਚ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ। ਪਰ ਹਾਂ, ਇੱਕ ਗੱਲ ਇਹ ਵੀ ਹੈ, ਜਦੋਂ ਕਿਸੇ ਨੂੰ ਵੀ ਦੁੱਖ ਦੇ ਵਿੱਚ ਅਸੀਂ ਸਹਾਰਾ ਦਿੰਦੇ ਹਾਂ ਨਾ, ਉਹਦੇ ਨਾਲ ਉਹਦੇ ਬਣ ਕੇ ਖੜਦੇ ਹਾਂ ਨਾ, ਤਾਂ ਉਹ ਅਹਿਸਾਨ ਜ਼ਿੰਦਗੀ ਭਰ ਇਨਸਾਨ ਆਪਣੇ ਮਨ ਦੇ ਵਿੱਚ ਸਾਂਭ ਕੇ ਰੱਖਦਾ ਤੇ ਲੋੜ ਪੈਣ ਦੇ ਤੁਹਾਡੇ ਕੰਮ ਜ਼ਰੂਰ ਆਉਂਦਾ। ਜੇ ਅਸੀਂ ਅੱਜ ਕਿਸੇ ਦੇ ਕੰਮ ਆਵਾਂਗੇ, ਜੇ ਅੱਜ ਅਸੀਂ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਬਣਾਂਗੇ ਨਾ, ਤਾਂ ਕਿਤੇ ਜਦੋਂ ਤੁਹਾਨੂੰ ਲੋੜ ਪੈਣੀ ਹੈ ਤੁਹਾਡੇ ਨਾਲ ਵੀ ਦੁਨੀਆਂ ਦਾ ਇੱਕ ਕਾਫਿਲਾ ਖੜਾ ਨਜ਼ਰ ਆਊਗਾ। ਪਰ ਹਾਂ, ਜੇ ਅਸੀਂ ਦੂਜਿਆਂ ਦੇ ਦੁੱਖਾਂ 'ਤੇ ਹੱਸਾਂਗੇ, ਨਾਲ ਨਹੀਂ ਖੜਾਂਗੇ, ਤਾਂ ਫਿਰ ਕਿਤੇ ਨਾ ਕਿਤੇ ਸਮਾਂ ਜ਼ਰੂਰ ਆਉਂਦਾ ਜਦੋਂ ਸਾਨੂੰ ਵੀ ਇਕੱਲੇਪਨ ਦਾ ਅਹਿਸਾਸ ਹੁੰਦਾ ਅਤੇ ਉਸ ਇਕੱਲੇਪਨ ਦੇ ਵਿੱਚ ਉਹ ਕੱਢਣ ਵਾਲਾ ਕੋਈ ਨਹੀਂ ਹੁੰਦਾ ਅਤੇ ਆਪਣਾ ਮਨ, ਦਿਲ, ਦਿਮਾਗ ਜਿਹੜਾ ਉਹ ਵੀ ਸਾਥ ਛੱਡ ਜਾਂਦਾ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਜਦੋਂ ਵੀ ਦੂਜਿਆਂ ਦੀ ਮਦਦ ਦਾ ਮੌਕਾ ਮਿਲੇ ਜ਼ਰੂਰ ਕਰੋ, ਅਤੇ ਜੇ ਕੋਈ ਦੁਖੀ ਮਿਲੇ ਉਹਨੂੰ ਉਸਦੇ ਦੁਖੀ ਹਾਲਾਤਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ। ਜ਼ਰੂਰੀ ਨਹੀਂ ਹੁੰਦਾ ਪੈਸੇ ਦੇ ਨਾਲ ਹੀ, ਹਾਂ ਕਈ ਵਾਰ ਮੈਂਟਲੀ ਸਪੋਰਟ ਜਿਹੜੀ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ। ਮਾਨਸਿਕ ਤਣਾਅ ਦੇ ਨਾਲ ਵੀ ਲੋਕ ਬਿਮਾਰ ਹੋ ਰਹੇ ਨੇ, ਉਹਨਾਂ ਨੂੰ ਜੇ ਅਸੀਂ ਬਚਾ ਸਕਦੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਨੇਕੀ ਦਾ ਅਜਿਹਾ ਕੰਮ ਕਰਾਂਗੇ ਜਿਹਦਾ ਫਲ ਅਤੇ ਸਿਲਾ ਸਾਨੂੰ ਜ਼ਰੂਰ ਮਿਲਦਾ। ਸੋ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਵਿਚਾਰ ਚੰਗਾ ਲੱਗਿਆ ਹੋਏਗਾ। ਸੋ ਬਿਲਕੁਲ ਜੀ, ਇਸ ਪ੍ਰੋਗਰਾਮ ਦੇ ਸਪੋਂਸਰ ਨੇ ਬਖਸ਼ੀ ਰਾਮ ਜੀ ਦੁਬਈ ਤੋਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਕਹਿੰਦੇ ਆਪਾਂ ਹਮੇਸ਼ਾ, ਅਤੇ ਕਰਨਾ ਹੁਣ ਤੁਸੀਂ ਹੈ। ਜੇ ਕਿਸੇ ਦਾ ਦਿਲ ਕਰਦਾ ਤਾਂ ਬਿਲਕੁਲ ਤੁਸੀਂ ਇਸ ਪ੍ਰੋਗਰਾਮ ਨੂੰ ਕਰ ਸਕਦੇ ਹੋ ਸਪੋਂਸਰ, ਇੱਕ ਸ਼ੋਅ ਵੀ ਸਪੋਂਸਰ ਕਰ ਸਕਦੇ ਹੋ, ਮਹੀਨੇ ਲਈ ਵੀ ਕਰ ਸਕਦੇ ਹੋ, ਜਿੱਦਾਂ ਵੀ ਤੁਹਾਨੂੰ ਠੀਕ ਲੱਗੇ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਸਿਲਸਿਲਾ ਲੈ ਕੇ ਪਹੁੰਚ ਗਿਆ ਸੀ ਰੌਣਕ ਵਿਹੜੇ ਦੀ, ਅਤੇ ਵਿਹੜੇ ਦੇ ਵਿੱਚ ਫਿਰ ਰੌਣਕਾਂ ਲਾਉਣ ਦੇ ਲਈ ਤੁਸੀਂ ਸਾਰਿਆਂ ਨੇ ਤਿਆਰ ਰਹਿਣਾ। ਅੱਜ ਇਸ ਪ੍ਰੋਗਰਾਮ ਦੇ ਵਿੱਚ, ਇਸ ਵਿਹੜੇ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਤੁਸੀਂ ਆਪਣੀਆਂ ਕਵਿਤਾਵਾਂ, ਕਹਾਣੀਆਂ, ਰਚਨਾਵਾਂ, ਗੀਤ ਸੰਗੀਤ, ਸੋਹਣੀ ਜਿਹੀ ਆਵਾਜ਼ ਦੇ ਵਿੱਚ ਬੋਲੀਆਂ, ਮਤਲਬ ਜਿਹੜਾ ਵੀ ਕਲਾ ਦਾ ਰੰਗ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਕੋਲ ਹੈਗਾ ਅਤੇ ਤੁਸੀਂ ਰੌਣਕ ਇਸ ਰੰਗ ਦੇ ਨਾਲ ਲਾ ਸਕਦੇ ਹੋ, ਅਤੇ ਆ ਜਾਓ ਫਿਰ ਮੰਚ। ਤੁਹਾਡਾ ਨੰਬਰ ਕਿਹੜਾ ਡਾਇਲ ਕਰਨਾ? +91 ਲਗਾ ਲਿਓ, 762-698-3391 ਭਾਰਤੀ ਸਟੂਡੀਓ ਦਾ ਨੰਬਰ ਹੈ। ਆਪਾਂ ਫਿਰ ਰਿਪੀਟ ਕਰ ਦਿੰਦੇ ਹਾਂ, +91 ਲਗਾ ਕੇ 762-698-3391 ਇਸ ਨੰਬਰ ਨੂੰ ਜਦੋਂ ਹੀ ਤੁਸੀਂ ਡਾਇਲ ਕਰੋਗੇ ਇਸ ਮੰਚ 'ਤੇ ਪਹੁੰਚੋਗੇ ਅਤੇ ਸਾਡੇ ਨਾਲ ਤੁਹਾਡੀ ਬਣ ਜਾਣੀ ਆ ਸਾਂਝ, ਅਤੇ ਲਾਵਾਂਗੇ ਫਿਰ ਇਸ ਵਿਹੜੇ 'ਚ ਰੌਣਕਾਂ, ਕਿਉਂਕਿ ਅਸੀਂ ਤਾਂ ਵਿਹੜਾ ਤਿਆਰ ਕਰ ਲਿਆ ਜੀ, ਮੰਜੇ ਡਾਹੇ ਪਏ ਨੇ, ਚਾਦਰਾਂ ਵਿਛਾਈਆਂ ਪਈਆਂ ਨੇ, ਅਤੇ ਹਲਕੀ ਜਿਹੀ ਠੰਡਕ ਜਿਹੜੀ ਆ ਮਹਿਸੂਸ ਹੋ ਰਹੀ ਹੈ ਉਹਦੇ ਵਾਸਤੇ ਆਪਾਂ ਬਿਲਕੁਲ ਜੀ ਕਣਾਤਾਂ ਦਾਣੀਆਂ ਨੇ। ਸੋ ਫਿਲਹਾਲ ਠੰਡੇ ਜਿਹੇ ਮੌਸਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਜੀ ਸ਼ੁਰੂਆਤ। ਮੇਰੇ ਕੋਲ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ ਨੇ ਜਿਹੜੀਆਂ ਲਗਾਤਾਰ ਸ਼ੋਅ ਹੋ ਰਹੀਆਂ ਨੇ, ਬਹੁਤ ਸਾਰੇ ਨੰਬਰ ਨੇ, ਬਹੁਤ ਸਾਰੇ ਨਾਮ ਆ ਰਹੇ ਨੇ। ਬਲਵੀਰ ਸੈਣੀ ਜੀ ਜਿਹੜੇ ਬਿਲਕੁਲ ਉਹਨਾਂ ਦਾ ਨੰਬਰ ਹੁਣੇ ਹੁਣੇ ਫਲੈਸ਼ ਹੋ ਗਿਆ, ਪਰ ਇਸ ਵੇਲੇ ਜਿਹੜੇ ਸਾਡੇ ਨਾਲ ਸਰੋਤੇ ਜੁੜੇ ਨੇ ਉਹਨਾਂ ਦੇ ਵਿੱਚ ਮੁਕੱਦਰ ਜੀ ਬਠਿੰਡਾ ਤੋਂ, ਸੁਖਵਿੰਦਰ ਕੌਰ ਜੀ, ਅਤੇ ਨਾਲ ਹੀ ਬਲਵਿੰਦਰ ਬਿੱਲਾ ਜੀ ਵੀ ਮਾਧੋਪੁਰੀ ਲਾਣੇ ਵਾਲੇ ਪਹੁੰਚੇ ਹੋਏ ਨੇ। ਸੋ ਬਲਵੀਰ ਸੈਣੀ ਜੀ ਦੀ ਕਾਲ ਜਿਹੜੀ ਹੈ ਪਿੱਛੇ ਪਿੱਛੇ ਸਾਨੂੰ ਦਿਖਾਈ ਦੇ ਰਹੀ ਹੈ। ਸੋ ਬਲਵੰਤ ਜੀ ਸਿਰੇ ਵਾਲਿਆਂ ਜੀ ਜੇ ਦੀ ਕਾਲ ਵੀ ਦਿਖ ਰਹੀ ਆ, ਪਰ ਸੁਨੇਹੇ ਜਿਹੜੇ ਉਹਨਾਂ ਦੀ ਸਾਂਝ ਵੀ ਪਾ ਲਈਏ, ਕਿਉਂਕਿ ਸੁਨੇਹੇ ਵੀ ਬੜੇ ਸਾਰੇ ਇਕੱਠੇ ਹੋ ਗਏ। ਇੱਕ ਵਿਚਾਰ ਹਮੇਸ਼ਾ ਦੀ ਤਰ੍ਹਾਂ ਕਰ ਰਹੇ ਹਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ। ਸਸਤੇ ਲੋਕਾਂ ਦੇ ਹੱਥ ਮਹਿੰਗੇ ਜਜ਼ਬਾਤ ਨਹੀਂ ਧਰੀਂਦੇ, ਨਾਲ ਖੜਕਿਆਂ ਦੀ ਕਦਰ ਕਰੀਏ, ਛੱਡ ਗਿਆਂ ਲਈ ਸ਼ਿਕਵੇ ਨਹੀਂ ਕਰੀਦੇ। ਵਾਹ ਜੀ ਵਾਹ, ਕਿਆ ਬਾਤ ਹੈ, ਅਤੇ ਬਹੁਤ ਖੂਬਸੂਰਤ ਵਿਚਾਰ ਰਾਮਜੀਤ ਖੰਗੂੜਾ ਜੀ ਦੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪਹੁੰਚਿਆ। ਅਤੇ ਅੱਜ ਕਹਿੰਦੇ ਜੀ ਅਸੀਂ ਪਟਿਆਲਾ ਤੋਂ ਜੁੜੇ ਹਾਂ, ਗਗਨ ਜੀ ਬਠਿੰਡਾ ਤੋਂ ਨਹੀਂ, ਸੋ ਘੁੰਮਣ ਨਗਰ ਪਹੁੰਚੇ ਹੋਏ ਨੇ। ਵਾਹ ਜੀ ਵਾਹ, ਕਿਆ ਬਾਤ ਹੈ, ਅੱਜ ਫਿਰ ਰਾਮਜੀਤ ਖੰਗੂੜਾ ਜੀ ਪਟਿਆਲਾ ਵਾਲੇ ਬਣ ਗਏ ਨੇ। ਸੋ ਰਮਨ ਵਰਮਾ ਜੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਰਮਨ ਵਰਮਾ ਦਿਵਿਆਂਸ਼ ਵਰਮਾ, ਸਿਦਕ ਵਰਮਾ ਅਤੇ ਸਾਰਾ ਵਰਮਾ ਪਰਿਵਾਰ, ਬੁਰਜ ਹਨੁਮਾਨਗੜ੍ਹ ਨੇੜੇ ਮੰਡੀ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਨਮਸਕਾਰ ਗਗਨ ਮੈਡਮ ਜੀ, ਆਪ ਜੀ ਨੂੰ ਅਤੇ ਪ੍ਰੋਗਰਾਮ ਸੁਣ ਰਹੇ ਤਮਾਮ ਸਰੋਤਿਆਂ ਨੂੰ। ਹਰਮੇਲ ਜੀ ਐਡਵੋਕੇਟ ਬਠਿੰਡਾ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ। ਵਕੀਲ ਸਾਹਿਬ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ। ਭੀਮ ਸੈਨ ਜੀ, ਰਾਜ ਰਾਣੀ, ਅਨਿਕੇਤ, ਨਨੀ ਮੁਨੀ ਪਿਆਰੀ ਜੀ ਕਾਟੋ ਸਾਰੇ ਆ ਗਏ ਨੇ ਜੀ। ਕਹਿੰਦੇ ਜ਼ਮੀਨ ਪਰ ਸ਼ੋਰ ਮਚਾਤਾ, ਹਮਾਰੀ ਹਕੂਮਤ ਹਮਾਰੀ ਮਰਜ਼ੀ, ਪਰ ਈਸ਼ਵਰ ਨੇ ਸਭ ਕੋ ਬਤਾਇਆ, ਮੇਰੀ ਦੁਨੀਆ ਮੇਰੀ ਮਰਜ਼ੀ। ਸੋ ਬਿਲਕੁਲ ਜੀ, ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ। ਸੋ ਇਸ ਕਰਕੇ ਉਸ ਪਰਮਾਤਮਾ ਦੀ ਮਰਜ਼ੀ ਦੇ ਵਿੱਚ ਤਾਂ ਸਾਨੂੰ ਰਹਿਣਾ ਪੈਣਾ, ਅਸੀਂ ਨਾ ਵੀ ਚਾਹੀਏ ਨਾ ਉਹਨੇ ਤਾਂ ਵੀ ਰੱਖ ਲੈਣਾ।
ਤੇ ਬਹੁਤ ਵਧੀਆ ਵਿਚਾਰ, ਕਾਬਿਲੇ ਤਾਰੀਫ਼। ਇਹ ਉਹੀ ਕਰ ਸਕਦਾ ਹੈ ਜਿਹਦੇ ਵਿੱਚ ਇਨਸਾਨੀਅਤ ਹੈ। ਸੋ ਬਹੁਤ ਬਹੁਤ ਸ਼ੁਕਰੀਆ ਭੀਮ ਜੀ। ਸੋ ਗੁੱਡ ਈਵਨਿੰਗ ਭੈਣ ਗਗਨਦੀਪ ਕੌਰ ਜੀ, FM ਅਨਿਕੇਤ ਕਾਠੋ, ਰਾਜ ਰਾਣੀ ਭੀਮ ਸੈਨ ਗਰਗ, ਰਾਜੀਵ ਗਾਂਧੀ, ਗੁਰੂਕੁਲ ਨਗਰ ਰੋਡ ਬਠਿੰਡਾ ਤੋਂ। ਅੱਧਾ ਮੈਸੇਜ ਹੈ ਪੰਜਾਬੀ 'ਚ, ਅੱਧਾ ਅੰਗਰੇਜ਼ੀ 'ਚ ਅਤੇ ਅੱਧਾ ਹਿੰਦੀ 'ਚ, ਪਰ ਮੈਂ ਤਿੰਨੇ ਭਾਸ਼ਾਵਾਂ ਨੂੰ ਪੰਜਾਬੀ 'ਚ ਬਣਾ ਕੇ ਪੜ੍ਹਿਆ। ਸੋ ਕਿਆ ਬਾਤ ਹੈ। ਸੋ ਗੁਰਮੀਤ ਮਾਨ ਜੀ ਧੂਰੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ ਅੱਜ ਦਾ ਵਿਚਾਰ, ਅਤੇ ਬੜੇ ਸੋਹਣੇ ਸੋਹਣੇ ਸਿੰਬਲ ਕਹਿੰਦੇ ਆ ਜੀ, ਜੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ ਅਤੇ ਖੁਸ਼ ਰਹਿਣਾ ਤਾਂ ਸਾਨੂੰ ਜ਼ਿੰਦਗੀ ਦੇ ਵਿੱਚੋਂ, ਦਿਲਾਂ ਦੇ ਵਿੱਚੋਂ ਅਤੇ ਘਰਾਂ ਦੇ ਵਿੱਚੋਂ ਗਿਰਗਿਟ ਵਰਗੇ ਲੋਕਾਂ ਨੂੰ ਕੱਢਣਾ ਪਊਗਾ। ਸੋ ਬਾ ਕਮਾਲ ਗੱਲ ਹੈ, ਅਤੇ ਗਿਰਗਿਟ ਵਰਗੇ ਲੋਕਾਂ ਦੀ ਪਹਿਚਾਣ ਕਰਨੀ ਵੀ ਸਾਨੂੰ ਸਿੱਖਣੀ ਪੈਣੀ ਹੈ। ਕੁਲਵੰਤ ਜੀ ਫਰਿਜ਼ਨਰ ਤੋਂ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਥਮਸ ਅਪ ਇਹਨਾਂ ਵੱਲੋਂ ਵੀ ਪਹੁੰਚ ਗਿਆ। ਜਗਦੇਵ ਜੀ ਹੈਗੇ ਨੇ ਬਾਰਸੀਲ, ਉਹਨਾਂ ਤੋਂ ਸਤਿ ਸ਼੍ਰੀ ਅਕਾਲ। ਗਗਨ ਭੈਣ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸੁਖਪਾਲ ਜੀ ਨੈਸ਼ਨਲ ਕਲੋਨੀ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ ਜੀ, ਗਲੀ ਨੰਬਰ 12 ਇਹਨਾਂ ਦੀ ਬਠਿੰਡਾ ਤੋਂ। ਜਸਵੀਰ ਭਲੂਰੀਆ ਜੀ ਵੀ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਚੁੱਕੇ ਨੇ। ਪਿਆਰੀ ਭੈਣ ਗਗਨਦੀਪ ਜੀ ਅਤੇ ਰੇਡੀਓ ਚੰਨ ਪਰਦੇਸੀ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਵਾਰ ਦੀ ਤਰ੍ਹਾਂ ਅੱਜ ਦਾ ਵਿਚਾਰ ਬਹੁਤ ਹੀ ਵਧੀਆ, ਕਾਬਲੇ ਗੌਰ ਹੈ ਗਗਨਦੀਪ ਜੀ। ਬਿਲਕੁਲ, ਜਿੰਨਾ ਕੁ ਅਸੀਂ ਕਰ ਸਕਦੇ ਹਾਂ ਕਿਸੇ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ, ਸਰੀ ਕੈਨੇਡਾ ਤੋਂ। ਅਤੇ ਜਸਵੀਰ ਜੀ ਤੁਹਾਡੀ ਮਿਸ ਕਾਲ ਵੀ ਪਹੁੰਚ ਗਈ ਹੈ, ਬਹੁਤ ਜਲਦ ਤੁਹਾਡੇ ਨਾਲ ਸਾਂਝ ਬੜਾਵਾਂਗੇ। ਕੁਲਵੰਤ ਗਿੱਲ ਜੀ ਮਲੋਟ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ। ਸੋ ਸਤਿ ਸ਼੍ਰੀ ਅਕਾਲ ਇਹਨਾਂ ਦੇ ਵੱਲੋਂ ਵੀ ਤਮਾਮ ਸਰੋਤਿਆਂ ਦੇ ਵਾਸਤੇ ਪਹੁੰਚ ਗਿਆ। ਹਜੇ ਮੈਸੇਜ ਟਾਈਪ ਹੋ ਰਿਹਾ, ਪੂਰਾ ਮੈਸੇਜ ਆ ਗਿਆ, ਜ਼ਰੂਰ ਪੜ੍ਹ ਕੇ ਸੁਣਾਵਾਂਗੇ। ਜਸਵਿੰਦਰ ਜੀ ਆ ਗਏ ਨੇ, ਗਗਨ ਜੀ ਕਹਿੰਦੇ ਮੇਰੀ ਵਾਰੀ ਅੱਜ ਕਿਸੇ ਹੋਰ ਨੂੰ ਦੇ ਦੇਣਾ। ਸੋ ਕੋਈ ਗੱਲ ਨਹੀਂ, ਅੱਜ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਹੋਈ ਤਾਂ ਫਿਰ ਤੁਹਾਡੀ ਵਾਰੀ ਅੱਜ ਲੈ ਜਾਣਗੇ। ਰਾਮ ਸਰੂਪ ਜੀ ਫਰੀਦਕੋਟ ਤੋਂ ਪਹੁੰਚ ਗਏ ਨੇ ਜੀ, ਗੁਰੂ ਤੇਗ ਬਹਾਦਰ ਸਿੰਘ ਨਗਰ ਫਰੀਦਕੋਟ ਤੋਂ ਇਹਨਾਂ ਦੀ ਸਾਂਝ ਬਣੀ ਹੈ। ਮਲਕੀਤ ਸਿੰਘ ਜੀ ਘੜੀ ਸਾਜ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਗੋਡਿਆਣਾ ਮੰਡੀ ਤੋਂ ਸਵਾਗਤ। ਅਤੇ ਮਨਪ੍ਰੀਤ ਕੌਰ ਜੀ ਪਿੰਡ ਬਾਂਦਰ ਤੋਂ, ਬਿਲਕੁਲ ਜੀ ਮਨਪ੍ਰੀਤ ਜੀ ਦੇ ਘਰ ਅੱਜ ਸਾਗ ਬਣ ਰਿਹਾ, ਪਤੀਲਾ ਸਾਗ ਵਾਲਾ ਪਹੁੰਚ ਗਿਆ ਅਤੇ ਅਸੀਂ ਸਟੇਟਸ 'ਤੇ ਅਪਡੇਟ ਕਰ ਦਿੱਤਾ, ਅਤੇ ਤੁਸੀਂ ਵੇਖ ਸਕਦੇ ਹੋ ਪਤੀਲੇ ਦੇ ਵਿੱਚ ਰਿੱਝਦਾ ਹੋਇਆ ਚੁੱਲ੍ਹੇ 'ਤੇ ਸਾਗ। ਅਤੇ ਕਹਿੰਦੇ ਜੀ ਅੱਜ ਕੱਲ੍ਹ ਦੇ ਜਵਾਕਾਂ ਨੂੰ ਉਹਨਾਂ ਦੇ ਮਾਂ ਪਿਓ ਬੱਸ ਦੇ ਵਿੱਚ ਬਿਠਾ ਕੇ ਜਦੋਂ ਤੋਰਦੇ ਆ ਅਤੇ ਬਾਏ ਬਾਏ ਇੱਦਾਂ ਬੋਲਦੇ ਆ ਜਿਵੇਂ ਜੰਗ 'ਤੇ ਭੇਜ ਰਹੇ ਹੋਣ। ਅਤੇ ਇੱਕ ਅਸੀਂ ਸੀ ਕਿ ਰੋਜ਼ ਲੱਤਾਂ ਖਾ ਕੇ ਸਕੂਲ ਜਾਂਦੇ ਸੀ, ਜਿਸ ਦਿਨ ਲੱਤਾਂ ਨਾ ਵੱਜਣ ਉਸ ਦਿਨ ਸਮਝ ਜਾਈਦਾ ਸੀ ਕਿ ਅੱਜ ਐਤਵਾਰ ਦਾ ਦਿਨ। ਸੋ ਗੱਲ ਤਾਂ ਤੁਹਾਡੀ ਸਹੀ ਹੈ ਨਾ, ਐਤਵਾਰ ਦੇ ਦਿਨ ਤਾਂ ਇਸੇ ਕਰਕੇ ਤਾਂ ਚਾਹ ਚੜ੍ਹਦਾ ਸੀ। ਅਤੇ ਗੁਰਦੀਪ ਸਿੰਘ ਜੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ ਜੀ, ਪਿੰਡ ਡਾਲਾ ਤੋਂ ਸਤਿ ਸ਼੍ਰੀ ਅਕਾਲ ਇਹਨਾਂ ਦੇ ਵੱਲੋਂ ਵੀ ਪਹੁੰਚ ਗਿਆ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਿਮਰਨਜੀਤ ਕੌਰ ਜੀ ਲੁਧਿਆਣਾ ਵਾਲੇ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਚੁੱਕੇ ਨੇ। ਹਾਂਜੀ ਗਗਨ ਜੀ ਸਤਿ ਸ਼੍ਰੀ ਅਕਾਲ ਜੀ। ਉਹ ਕਹਿੰਦੇ ਸਾਡੇ ਵਿਹੜੇ ਦੇ ਵਿੱਚ ਰੌਣਕ ਤਾਂ ਆਉਂਦੀ ਹੈ, ਤੁਹਾਡੀ ਆਵਾਜ਼ ਨੂੰ ਸੁਣ ਕੇ ਹੀ ਸਾਡੇ ਵਿਹੜੇ ਦੇ ਵਿੱਚ ਰੌਣਕਾਂ ਲੱਗ ਜਾਂਦੀਆਂ ਨੇ। ਸਾਰੇ ਸਰੋਤਿਆਂ ਦੇ ਦਿਲ ਦੀ ਗੱਲ ਦੱਸੀ ਹੁੰਦੀ ਹੈ ਤੁਹਾਨੂੰ। ਸੋ ਬਿਲਕੁਲ, ਆਪਣੇ ਸਰੋਤੇ ਆਪਣਾ ਪਰਿਵਾਰ ਅਤੇ ਆਪਾਂ ਦਿਲ ਦੀਆਂ ਗੱਲਾਂ ਦੀ ਸਾਂਝ ਪਾਉਣ ਲਈ ਮਿਲਦੇ ਆ ਇੱਥੇ। ਸੋ ਤੁਹਾਡੇ ਦਿਲ ਦੀਆਂ ਗੱਲਾਂ ਵੀ ਦੇਖੋ ਸੁਨੇਹਿਆਂ ਦੇ ਜ਼ਰੀਏ ਪਹੁੰਚ ਜਾਂਦੀਆਂ ਨੇ। ਸਿਮਰਨਜੀਤ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ। ਅਤੇ ਨਾਲ ਹੀ ਗਿਆਨ ਗੁਲਾਟੀ ਜੀ ਰਮੀਦੀ ਕਪੂਰਥਲਾ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਗਗਨ ਜੀ। ਨਮਸਕਾਰ, ਜੈ ਰਾਮ ਜੀ ਕੀ, ਅੱਜ ਦਾ ਵਿਚਾਰ ਬਹੁਤ ਹੀ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ। ਬਖਸ਼ੀ ਰਾਮ ਜੀ ਦੁਬਈ ਤੋਂ ਪ੍ਰੋਗਰਾਮ ਦੇ ਨਾਲ, ਖੂਬਸੂਰਤ ਵਿਚਾਰ ਗਗਨ ਜੀ, ਮਾਸ਼ਾ ਅੱਲਾਹ ਕਿਆ ਬਾਤ ਹੈ, ਸ਼ੁਕਰੀਆ। ਪ੍ਰਗਟ ਫੌਜੀ ਜੀ ਪੁਰਤਗਾਲ ਤੋਂ ਸਤਿ ਸ਼੍ਰੀ ਅਕਾਲ ਦੇ ਨਾਲ ਜੁੜ ਗਏ ਨੇ। ਬਲਵੀਰ ਸੈਣੀ ਜੀ ਚੰਡੀਗੜ੍ਹ ਤੋਂ ਪ੍ਰੋਗਰਾਮ ਨਾਲ ਜੁੜ ਗਏ ਨੇ। ਗਗਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਰਣਦੀਪ ਕੌਰ ਕੰਗੂੜਾ ਜੀ ਵੀ ਪਹੁੰਚ ਗਏ ਨੇ, ਅੱਜ ਕਿਆ ਬਾਤ ਹੈ ਜੀ, ਮਾਲ ਪੂੜੇ ਪਕਾਏ ਜਾਂਦੇ ਨੇ। ਸੋ ਵਾਹ ਜੀ ਵਾਹ, ਅੱਜ ਤਾਂ ਮਤਲਬ ਤੁਸੀਂ ਖਾਣਿਆਂ ਦੀਆਂ ਰੌਣਕਾਂ ਲਾ ਦੀਆਂ ਸਾਡੇ ਇਸ ਪਰਿਵਾਰ ਦੇ ਵਿੱਚ। ਅਤੇ ਮਾਲ ਪੂੜੇ ਮੈਂ ਦੱਸ ਵੀ ਦਿੱਤਾ, ਨਾਲ ਪੁੱਛਿਆ ਸੀ ਨਾ ਕਿ ਪੱਕੀ ਜਾਂਦੇ ਨੇ। ਅਤੇ ਬਾਕੀ ਹੁਣ ਤੁਸੀਂ ਦੱਸਿਓ ਵੀ ਮੈਂ ਸਹੀ ਦੱਸਿਆ। ਸੁਖਜੀਤ ਸਿੰਘ ਜੀ ਫਰੀਦਕੋਟ ਤੋਂ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਆ ਗਈ ਇਹਨਾਂ ਦੇ ਵੱਲੋਂ। ਸੁਖਪ੍ਰੀਤ ਬਰਾੜ ਜੀ ਜਿਹੜੇ ਆ ਸ਼ਰੀਫ ਵਾਲਾ ਬਰਾੜ ਇਹਨਾਂ ਦਾ ਪਿੰਡ ਹੈ ਜੀ, ਜਿੱਥੋਂ ਇਹਨਾਂ ਦੀ ਸਾਂਝ ਬਣੀ ਹੈ, ਸਤਿ ਸ਼੍ਰੀ ਅਕਾਲ। ਇਹਨਾਂ ਦੇ ਵੱਲੋਂ ਵੀ ਪਹੁੰਚ ਗਏ ਇਸ ਮੰਚ 'ਤੇ ਸਾਡੇ ਵਾਸਤੇ। ਅਤੇ ਨਾਲ ਹੀ ਬਲਵੰਤ ਜੀ ਸਿਰੀਏਵਾਲਾ ਤੋਂ, ਵਰਿੰਦਰਪਾਲ ਸ਼ਰਮਾ ਜੀ ਕੈਨੇਡਾ ਤੋਂ ਜੁੜ ਗਏ ਨੇ, ਜਰਨੈਲ ਜੀ ਦੁਬਈ ਤੋਂ, ਪ੍ਰਭਜੋਤ ਜੀ ਪਟਿਆਲਾ ਤੋਂ, ਰੁਪਿੰਦਰ ਕੌਰ ਮੱਲੀ ਜੀ ਪਟਿਆਲਾ ਤੋਂ, ਅਵਤਾਰ ਜੀ ਦੇਹਰਾਦੂਨ ਉੱਤਰਾਖੰਡ ਤੋਂ, ਤਾਰਾ ਚੰਦ ਜੀ ਵੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਹਰ ਰਾਏਪੁਰ ਤੋਂ। ਜਗਤਾਰ ਸਿੰਘ ਰਾਏ ਜੀ ਵਿਨੀਪੈਗ ਤੋਂ ਪ੍ਰੋਗਰਾਮ ਦੇ ਨਾਲ, ਇੰਦਰਜੀਤ ਜੀ ਥਾਈਲੈਂਡ ਤੋਂ, ਮਨਮੋਹਨ ਸਿੰਘ ਜੀ ਨਿਊ ਜਰਸੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵਿੰਦਰ ਸ਼ਰਮਾ ਜੀ ਰਾਈਟਰ ਨੇ ਜੀ, ਇਹਨਾਂ ਦੇ ਵੱਲੋਂ ਅੱਜ ਇੱਕ ਰਚਨਾ ਵੀ ਪਹੁੰਚੀ ਆਡੀਓ ਰੂਪ ਦੇ ਵਿੱਚ। ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ। ਅਤੇ ਲੋ ਇੱਕ ਨਵੇਂ ਸਰੋਤੇ ਜਿਹੜੇ ਆ ਬਿਲਕੁਲ ਸਾਡੇ ਨਾਲ ਇਸ ਮੰਚ 'ਤੇ ਸਾਂਝ ਬਣਾ ਚੁੱਕੇ ਨੇ। ਸੋ ਗੁੱਡ ਈਵਨਿੰਗ ਗਗਨ ਜੀ, ਹੈਵ ਏ ਗੁੱਡ ਈਵਨਿੰਗ। ਅਤੇ ਇਹ ਹੈਗੇ ਨੇ ਜੀ ਮਨਪ੍ਰੀਤ ਕੌਰ ਜੀ, ਅਤੇ ਮਨਪ੍ਰੀਤ ਕੌਰ ਜੀ ਇਹ ਨਵੇਂ ਮਨਪ੍ਰੀਤ ਜੀ ਨੇ ਜਿਨ੍ਹਾਂ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਗਮਨ ਹੋਇਆ। ਅਤੇ ਇੱਕ ਹੋਰ ਨਵਾਂ ਨਾਮ ਮੇਰੇ ਕੋਲ ਪਹੁੰਚ ਗਿਆ। ਸੋ ਇਹ ਹੈਗੇ ਨੇ ਜੀ ਰਾਜਕਰਨ ਗਰੋਵਰ ਪਿੰਡ ਭਲੂਰ ਤੋਂ। ਸੋ ਰਾਜਕਰਨ ਗਰੋਵਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵੀ।
ਅਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਅਤੇ ਲਓ ਜੀ ਸੁਖਬੀਰ ਜੀ ਛਾਜਲੀ ਤੋਂ ਜੁੜ ਗਏ ਨੇ, ਜਗਵੰਤ ਖੈੜਾ ਜੀ ਜਿਹੜੇ ਆ ਗਏ ਅਮੈਰੀਕਾ ਤੋਂ ਪ੍ਰੋਗਰਾਮ ਦੇ ਨਾਲ ਆਪਣੀ ਸਾਂਝ ਬਣਾ ਚੁੱਕੇ ਨੇ, ਜਸਵੀਰ ਜੀ ਗੜਸ਼ੰਕਰ ਤੋਂ ਪ੍ਰੋਗਰਾਮ 'ਚ ਬਣਵਾ ਚੁੱਕੇ ਨੇ ਆਪਣੀ ਸਾਂਝ, ਸੁਖਵਿੰਦਰ ਜੀ ਬਨਵਾਰੀ ਜਿਹੜੇ ਰਾਜਪੁਰਾ ਤੋਂ ਪ੍ਰੋਗਰਾਮ 'ਚ ਆ ਗਏ ਨੇ, ਸੂਰਜ ਪ੍ਰਕਾਸ਼ ਜੀ ਦੀਨਾਨਗਰ ਤੋਂ ਸਾਂਝ ਬਣਾ ਚੁੱਕੇ ਨੇ, ਝੰਡਾ ਜੀ ਛੋਟੇ ਕੋਟ ਬਿਲਕੁਲ ਜੀ ਅਮੈਰੀਕਾ ਤੋਂ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਗਗਨ ਭੈਣ ਜੀ, ਇਹ ਮੇਰਾ ਪੁਰਾਣਾ ਨੰਬਰ ਹੈ ਅਤੇ ਤੁਸੀਂ ਪਲੀਜ਼ ਆਪਣੇ ਸਿਸਟਮ ਦੇ ਵਿੱਚੋਂ ਇਸ ਨੂੰ ਡਿਲੀਟ ਕਰਕੇ ਨਵਾਂ ਨੰਬਰ ਜਿਹੜਾ ਅਪਡੇਟ, ਬਿਲਕੁਲ ਨਵਾਂ ਨੰਬਰ ਤੁਹਾਡਾ ਅਪਡੇਟ ਆਪਾਂ ਕਰ ਲਿਆ ਝੰਡਾ ਜੀ, ਅਤੇ ਬਿਲਕੁਲ ਨਵੇਂ ਨੰਬਰ ਦੇ ਨਾਲ ਵੀ ਹੁਣ ਤੁਹਾਡੀ ਸਾਂਝ ਬਣੀ ਹੈ। ਅਤੇ ਲਓ ਜੀ ਹਰਦਿਆਲ ਜੀ ਬੋਸਟਨ ਤੋਂ ਜੁੜ ਗਏ ਨੇ, ਸੋ ਅੱਜ ਬੋਸਟਨ ਦੇ ਵਿੱਚ 7 ਡਿਗਰੀ ਟੈਂਪਰੇਚਰ ਹੈ, ਸੋ ਠੰਡ ਹੋਣੀ ਸ਼ੁਰੂ ਹੋ ਚੁੱਕੀ ਹੈ, ਹੁਣ ਪਤਾ ਲੱਗ ਗਿਆ ਵੀ ਸਾਰੇ ਕਿਤੇ ਨਾ ਸਾਡੇ ਦੰਦ ਜਿਹੜੇ ਉਹਨਾਂ ਨੂੰ ਈ ਕਰਕੇ ਵੱਜਣੇ ਸ਼ੁਰੂ ਹੋਣ ਵਾਲੇ ਨੇ। ਸੋ ਠੰਡ ਦਾ ਆਗਮਨ ਜਿਹੜਾ ਆਪਣੇ ਪੰਜਾਬ ਦੇ ਵਿੱਚ ਵੀ ਹੋ ਚੁੱਕਿਆ, ਅਤੇ ਬਿਲਕੁਲ ਅਮੈਰੀਕਾ ਦੇ ਵਿੱਚ ਵੀ ਠੰਡ ਜਿਹੜੀ ਆ ਪਹੁੰਚ ਗਿਆ, ਅਤੇ ਹਰਦਿਆਲ ਜੀ ਵਾਕਈ 7-8 ਡਿਗਰੀ ਟੈਂਪਰੇਚਰ ਠੰਡਾ ਹੋ ਜਾਂਦਾ ਹੈ। ਸੋ ਕੋਲਡ ਵੈਦਰ ਦੇ ਵਿੱਚ ਫਿਰ ਵੀ ਤੁਸੀਂ ਰੇਡੀਓ ਦੇ ਨਾਲ ਸਾਂਝ ਬਣਾਈ ਹੈ, ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਲਓ ਫਿਰ ਚੱਲਦੇ ਹਾਂ ਜੀ ਪਹਿਲੇ ਸਰੋਤੇ ਜੋ ਇਸ ਵੇਲੇ ਕਾਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਪਰ ਨਾਲ ਹੀ ਕਮਲਜੀਤ ਕੌਰ ਜੀ ਆ ਗਏ ਨੇ ਇਟਲੀ ਤੋਂ। ਗਗਨ ਜੀ ਸਤਿ ਸ਼੍ਰੀ ਅਕਾਲ, ਕਹਿੰਦੇ ਮੈਂ ਆਉਣੀ ਹਾਂ ਕੌਲੀ ਲੈ ਕੇ ਸਾਗ ਲੈਣ ਵਾਸਤੇ। ਆ ਜਾਓ ਆਪਾਂ ਪਹਿਲੇ ਕੌਲੀਆਂ ਦੀ ਲਾਈਨ ਬਣਾ ਰੱਖੀਏ, ਮਨਪ੍ਰੀਤ ਜੀ ਦਾ ਪਤੀਲਾ ਖਾਲੀ ਹੋ ਜਾਣਾ ਜਦ ਨੂੰ ਆਪਣਾ ਪ੍ਰੋਗਰਾਮ ਜਿਹੜਾ ਸਮਾਪਤ ਹੋਣਾ, ਕਿਉਂਕਿ ਸਾਗ ਛੱਡਣਾ ਕਿਸੇ ਨੇ ਨਹੀਂ ਹੈ। ਅਤੇ ਲਓ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਬਣਾਈਏ ਸਾਂਝ, ਸਾਡੇ ਪਹਿਲੇ ਸਰੋਤੇ ਨੇ ਕੌਣ ਨੇ ਸਾਂਝ ਬਣਾ ਕੇ ਪਤਾ ਲੱਗਣਾ, ਮੁਕੱਦਰ ਜੀ ਬਠਿੰਡਾ ਤੋਂ। ਮੁਕੱਦਰ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇਨ ਪ੍ਰਦੇਸ਼ ਦੀ ਸਾਰੀ ਟੀਮ ਨੂੰ ਜੀ। ਜੀ ਮੁਕੱਦਰ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਨਾਲ ਹੀ ਸਵਾਗਤ ਅੱਜ ਦੇ ਇਸ ਪ੍ਰੋਗਰਾਮ 'ਚ ਜਿਸਦਾ ਨਾਮ ਹੈ ਰੌਣਕ ਵਿਹੜੇ ਦੀ, ਅਤੇ ਰੌਣਕ ਲਾਉਣ ਦੇ ਲਈ ਅੱਜ ਪਹਿਲੇ ਕਲਾਕਾਰ ਸਾਡੇ ਤੁਸੀਂ ਹੋ। ਕਿਹੜੀ ਕਲਾਕਾਰੀ ਅੱਜ ਤੁਹਾਡੇ ਨਾਲ ਆਈ ਹੈ ਜਿਹਦੇ ਨਾਲ ਤੁਸੀਂ ਸਾਡੇ ਸਾਰੇ ਸਰੋਤਿਆਂ ਨੂੰ ਇਸ ਵਿਹੜੇ ਦੇ ਵਿੱਚ ਰੌਣਕਾਂ ਦੇ ਰੰਗ 'ਚ ਰੰਗੋਗੇ? ਅਸਲ 'ਚ ਇਹਦੇ ਨਾਮ ਰੌਣਕ ਰੱਖਿਆ, ਮੇਰੇ ਗਾਣਾ ਯਾਦ ਆ ਗਿਆ ਕਿਸ਼ੋਰ ਕੁਮਾਰ ਦੀ ਦਾਸ ਸਾਹਿਬ ਸੌਂਗ, ਪਰ ਮੈਂ ਸੋਚਦਾ ਕਿ ਨਾ ਸੁਣਾਵਾਂ। ਕੋਈ ਗੱਲ ਨੀ, ਅਸੀਂ ਰੌਣਕ ਦੇ ਵਿੱਚ ਥੋੜਾ ਜਿਹਾ ਮਾਹੌਲ ਗਮਗੀਨ ਬਣਾ ਲਾਂਗੇ, ਕਿਉਂਕਿ ਜਦੋਂ ਰੌਣਕ ਲੱਗੀ ਹੋਵੇ ਤੇ ਫਿਰ ਉਹ ਹਰ ਰੰਗ ਦੀ ਹੁੰਦੀ ਹੈ। ਇਹ ਅਸਲ 'ਚ ਗੀਤ ਜਿਹੜਾ ਹੈਗਾ ਹਰ ਇਨਸਾਨ ਨੂੰ ਚੰਗਾ ਲੱਗਦਾ ਜਿਹੜਾ ਮਿਹਨਤ ਕਰ ਰਿਹਾ ਬਟ ਉਹਦੀ ਮਿਹਨਤ ਅਸਫਲ ਹੋ ਜਾਂਦੀ ਹੈ ਨਾ। ਆ ਜਾਓ ਫਿਰ ਉਸ ਤਰ੍ਹਾਂ ਦਾ ਗੀਤ ਦਾ ਕਿਸ਼ੋਰ ਕੁਮਾਰ ਜੀ ਦਾ। ਮੰਜ਼ਿਲੋਂ ਪੇ ਆ ਕੇ ਲੁੱਟਤੇ ਹੈ ਦਿਲੋਂ ਕੇ ਕਾਰਵਾ, ਕਸ਼ਤੀਆਂ ਸਾਹਿਲ ਪੇ ਅਕਸਰ ਡੂਬਤੀ ਹੈ ਪਿਆਰ ਕੀ, ਮੰਜ਼ਿਲੇ ਆਪਣੀ ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ ਹੈ, ਮੰਜ਼ਿਲੇ ਆਪਣੀ ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ ਹੈ, ਜਬ ਕਦਮ ਹੀ ਸਾਥ ਨਾ ਦੇ ਤੋ ਮੁਸਾਫਿਰ ਕਿਆ ਕਰੇ, ਰੂਹ ਤੋ ਹੈ ਹਮਦਰਦ ਵੀ ਔਰ ਹਮ ਸਫ਼ਰ ਵੀ ਹੈ ਮੇਰਾ, ਬੜੇ ਕੇ ਕੋਈ ਹਾਥ ਨਾ ਦੇ ਦਿਲ ਭਲਾ ਫਿਰ ਕਿਆ ਕਰੇ, ਮੰਜ਼ਿਲੇ ਆਪਣੀ ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ ਹੈ, ਮੰਜ਼ਿਲੇ ਆਪਣੀ ਜਗ੍ਹਾ ਹੈ ਰਾਸਤੇ ਆਪਣੀ ਜਗ੍ਹਾ ਹੈ। ਥੈਂਕ ਯੂ ਜੀ। ਵਾਹ ਜੀ ਵਾਹ, ਕਿਆ ਬਾਤ ਹੈ ਮੁਕੱਦਰ ਜੀ, ਬਹੁਤ ਸੋਹਣਾ ਗੀਤ ਤੇ ਬਹੁਤ ਹੀ ਪਿਆਰੀ ਤੁਹਾਡੀ ਆਵਾਜ਼, ਬਹੁਤ ਵਧੀਆ ਲੱਗਿਆ। ਤੇ ਲੋ ਜੀ ਜਸਵਿੰਦਰ ਜੀ ਵਿਨੀਪੈਗ ਤੋਂ ਕਹਿ ਰਹੇ ਆ ਹੂ ਬਹੂ ਕਿਸ਼ੋਰ ਕੁਮਾਰ ਜੀ ਦੀ ਆਵਾਜ਼, ਕਿਆ ਬਾਤ ਹੈ ਮੁਕੱਦਰ ਜੀ। ਤੇ ਨਾਲ ਹੀ ਗੁਰਮੀਤ ਜੀ ਜਿਹੜੇ ਆ ਉਹ ਵੀ ਕਹਿ ਰਹੇ ਆ ਓਹੋ ਕਿਆ ਬਾਤ ਹੈ ਜੀ, ਇਹ ਤੇ ਬਿਲਕੁਲ ਮੇਰਾ ਵਿਸ਼ਾ ਸੀ ਅੱਜ ਦਾ ਜਿਹੜਾ ਗੀਤ ਹੈ। ਸੋ ਬਹੁਤ ਸੋਹਣਾ ਗੀਤ ਜਿਹੜਾ ਤੁਸੀਂ ਸੁਣਾਇਆ, ਸੂਰਜ ਪ੍ਰਕਾਸ਼ ਜੀ ਵੱਲੋਂ ਬਹੁਤ ਸੋਹਣਾ ਸਟਿੱਕਰ ਪਹੁੰਚ ਗਿਆ ਜੀ, ਨਾਈਸ, ਕਹਿੰਦੇ ਬਹੁਤ ਹੀ ਸੋਹਣੀ ਆਵਾਜ਼।
ਤੇ ਮਨਪ੍ਰੀਤ ਜੀ ਵੱਲੋਂ ਵੀ ਸੁਨੇਹਾ ਪਹੁੰਚ ਗਿਆ ਤੇ ਲੋ ਫਿਰ ਮਨਪ੍ਰੀਤ ਜੀ ਮਾਨਸਾ ਵਾਲੇ ਕਹਿ ਰਹੇ ਮੁਕੱਦਰ ਜੀ ਬਹੁਤ ਸੋਹਣਾ ਗੀਤ ਸੁਣਾਇਆ ਬਹੁਤ ਬਹੁਤ ਸ਼ੁਕਰੀਆ ਵੋਲਵਰ ਹੈਮਟਨ ਤੋਂ ਵੀ ਮਨਪ੍ਰੀਤ ਜੀ ਜਿਹੜੇ ਆ ਪਸੰਦ ਕਰ ਰਹੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਮੁਕੱਦਰ ਜੀ ਇਸ ਮੰਚ ਤੇ ਆ ਕੇ ਸੋਹਣੀਆਂ ਜਿਹੀਆਂ ਰੌਣਕਾਂ ਲਾਉਣ ਦੇ ਲਈ ਤੇ ਆਪਣੀ ਪਿਆਰੀ ਜੀ ਆਵਾਜ਼ 'ਚ ਗੀਤ ਸੁਣਾ ਕੇ ਸਾਡੇ ਇਸ ਵਿਹੜੇ ਦੀ ਰੌਣਕ ਨੂੰ ਹੋਰ ਵਧਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਇਹ ਸਨ ਮੁਕੱਦਰ ਜੀ ਦੇਖੋ ਕਿੰਨੀ ਸੋਹਣੀ ਆਵਾਜ਼ ਦੇ ਵਿੱਚ ਕਿੰਨਾ ਪਿਆਰਾ ਗੀਤ ਸਾਨੂੰ ਸਾਰਿਆਂ ਨੂੰ ਸੁਣਾ ਕੇ ਗਏ ਨੇ ਬਹੁਤ ਬਹੁਤ ਸ਼ੁਕਰੀਆ ਤੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਸੁਖਵਿੰਦਰ ਕੌਰ ਜੀ ਬਠਿੰਡਾ ਤੋਂ ਤੇ ਨਾਲ ਹੀ ਮੇਰੇ ਕੋਲ ਸੁਨੇਹੇ ਵੀ ਤੁਹਾਡੇ ਪਹੁੰਚ ਰਹੇ ਨੇ ਜਿਨ੍ਹਾਂ ਦੀ ਸਾਂਝ ਆਪਾਂ ਜ਼ਰੂਰ ਪਾਵਾਂਗੇ ਰਾਮਜੀਤ ਖੰਗੂੜਾ ਜੀ ਕਹਿ ਰਹੇ ਗਗਨ ਭੈਣ ਅੱਜ ਤੇ ਅਸੀਂ ਤੁਹਾਡੇ ਗੁਆਂਢੀ ਬਣੇ ਹੋਏ ਹਾਂ ਰੇਲ ਗੱਡੀ ਦੇਖਣੀ ਹੈ ਜਿਹੜੀ ਰੋਜ਼ ਕੂਕਾ ਮਾਰਦੀ ਹੈ ਪ੍ਰੋਗਰਾਮ ਦੇ ਵਿੱਚ ਤੇ ਮੁਕੱਦਰ ਜੀ ਵਾਹ ਕਿਆ ਬਾਤ ਹੈ ਬਹੁਤ ਸੋਹਣਾ ਗੀਤ ਸੁਣਾ ਕੇ ਗਏ ਸੋ ਬਿਲਕੁਲ ਅੱਜ ਤੁਸੀਂ ਰੇਲ ਗੱਡੀ ਨੂੰ ਵੇਖਿਓ ਵੀ ਤੇ ਸੁਣਿਓ ਵੀ ਤੇ ਨਾਲ ਹੀ ਸਿਮਰਨਜੀਤ ਜੀ ਕਹਿ ਰਹੇ ਹੈ ਜੀ ਵੈਰੀ ਨਾਈਸ ਬਹੁਤ ਹੀ ਨਾਈਸ ਆਵਾਜ਼ ਮੁਕੱਦਰ ਜੀ ਦੀ ਸੋ ਬਿਲਕੁਲ ਜੀ ਮੁਕੱਦਰ ਜੀ ਦੀ ਆਵਾਜ਼ ਵਾਕਈ ਬਹੁਤ ਸੋਹਣੀ ਹੈ ਸੁਖਵਿੰਦਰ ਕੌਰ ਜੀ ਸਾਡੇ ਨਾਲ ਆ ਗਏ ਨੇ ਉਹ ਬਣਾਉਣੇ ਆ ਸਾਂਝ ਸੁਖਵਿੰਦਰ ਜੀ ਸਵਾਗਤ ਪ੍ਰੋਗਰਾਮ ਚ ਹਾਂਜੀ ਅਗਨ ਮੈਡਮ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਬਹੁਤ ਸਵਾਗਤ ਰੌਣਕ ਵਿਹੜੇ ਦੀ ਵਿੱਚ ਤੁਹਾਡਾ ਤੇ ਅੱਜ ਫਿਰ ਕਿਹੜੀ ਗੱਲ ਦੇ ਨਾਲ ਲਾਉਂਗੇ ਵਿਹੜੇ 'ਚ ਰੌਣਕਾਂ ਕਿਉਂਕਿ ਵਿਹੜਿਆਂ 'ਚ ਰੌਣਕਾਂ ਕਿਵੇਂ ਲੱਗਦੀਆਂ ਨੇ ਆਪਾਂ ਤੇ ਬਖੂਬੀ ਜਾਣਦੇ ਹਾਂ ਹਾਂਜੀ ਹਾਂਜੀ ਮੁਕੱਦਰ ਜੀ ਦਾ ਬਹੁਤ ਹੀ ਸੋਹਣਾ ਗੀਤ ਸੀਗਾ ਤੇ ਲੱਗਦਾ ਹੁਣ ਸਾਡਾ ਤਾਂ ਨੀ ਉਹ ਜਿਹਾ ਹੋ ਸਕਦਾ ਅਸੀਂ ਤਾਂ ਕਰਾਂਗੇ ਨਹੀਂ ਨਹੀਂ ਬਿਲਕੁਲ ਸੁਖਵਿੰਦਰ ਜੀ ਹਰ ਕਲਾ ਦਾ ਨਾ ਵੱਖਰਾ ਰੰਗ ਹੁੰਦਾ ਸੋ ਹਰ ਰੰਗ ਸੋਹਣਾ ਹੁੰਦਾ ਆਪਾਂ ਨੂੰ ਤੇ ਸਾਰੇ ਰੰਗ ਪਿਆਰੇ ਆ ਤੇ ਕੋਈ ਨੀ ਲਿਆਓ ਤੁਸੀਂ ਵੀ ਵੇਖੀ ਕਿਹੜਾ ਰੰਗ ਹੈ ਫਿਰ ਅੱਜ ਤੁਹਾਡੇ ਕੋਲ ਜੀ ਨੂੰ ਕਹਾਂਗੇ ਕਿ ਤੁਸੀਂ ਜ਼ਰੂਰ ਐਡੀ ਸੋਹਣੀ ਆਵਾਜ਼ ਹੈ ਤੁਹਾਡੀ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਆਇਆ ਕਰੋ ਬਿਲਕੁਲ ਜੀ ਬਿਲਕੁਲ ਵਾਕਈ ਤੁਹਾਡੀ ਗੱਲ ਸਹੀ ਹੈ ਸੋ ਸੋਹਣੀਆਂ ਦੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਇਹ ਪ੍ਰੋਗਰਾਮ ਹੈ ਤੇ ਜੇ ਸਾਡੇ ਕੋਲ ਕਲਾ ਹੈਗੀ ਹੈ ਪਰ ਅਸੀਂ ਕਿਤੇ ਅਜ਼ਮਾਇਆ ਨਹੀਂ ਆਪਣੇ ਆਪ ਨੂੰ ਤੇ ਬਿਲਕੁਲ ਇਹ ਮੰਚ ਤੁਹਾਡਾ ਆਓ ਇਸ ਮੰਚ ਦੇ ਆਪਣੀ ਆਵਾਜ਼ਾਂ ਨੂੰ ਤਰਾਸ਼ੋ ਤੇ ਸਾਰਿਆਂ ਨਾਲ ਇਸ ਵੇੜੇ 'ਚ ਰੌਣਕਾਂ ਲਾਓ ਇਹ ਮੇਰੇ ਵੱਲੋਂ ਵੀ ਸੁਨੇਹਾ ਸਾਰਿਆਂ ਵਾਸਤੇ ਹਾਂਜੀ ਮੈਂ ਤਾਂ ਜੀ ਤੁਹਾਨੂੰ ਇੱਕ ਛੋਟੀ ਜੀ ਬਸ ਕਾਵਿ ਵਿਅੰਗੀ ਸੁਣਾ ਰਹੀ ਹਾਂ ਪਰਾਲੀ ਤੇ ਪੌੜੇ ਧੂਏ ਕੋਲੋਂ ਧਰਤ ਮਚਾਈ ਵੀਰਨਾ ਅੰਗਨਾ ਪਰਾਲੀ ਨੂੰ ਤੂੰ ਲਾਈ ਵੀਰਨਾ ਆਲਣੇ ਚ ਤੱਕੀ ਬੈਠੇ ਨਿੱਕੇ ਨਿੱਕੇ ਵੋਟ ਵੇ ਭੋਲੇ ਪੰਛੀਆਂ ਨੂੰ ਐਵੇਂ ਨਾ ਸਤਾਈ ਵੀਰਨਾ ਸ਼ੁੱਧ ਹਵਾ ਵਿਚ ਵੇਖੀ ਸਾਹ ਸੌਖਾ ਆਊਗਾ ਗੱਲ ਸੱਚੀ ਇਹ ਭਾਵੇਂ ਅਜਮਾਈ ਵੀਰਨਾ ਹਰ ਵਾਰ ਫੂਕਦਾ ਤੂੰ ਧਰਤੀ ਦੀ ਹਿੱਕ ਵੇ ਐਤਕੀ ਤੂੰ ਠੰਡ ਵਰਤਾਈ ਵੀਰਨਾ ਖਸਮ ਹੋਵੇ ਦੂਣੀ ਵਿਚ ਨਾਲ ਨੂੰ ਜੇ ਵਾਹਵੇ ਇਹ ਹੋਰਾਂ ਤਾਈ ਗੱਲ ਸਮਝਾਈ ਵੀਰਨਾ ਮੱਚ ਜਾਂਦੇ ਰੁੱਖ ਜਿਹੜੇ ਖੇਤਾਂ ਵਿਚ ਖੜੇ ਨੇ ਇੰਨਾ ਵੱਡਾ ਕਹਿਰ ਨਾ ਕਮਾਈ ਵੀਰਨਾ ਦਿੰਦੀ ਸਰਕਾਰ ਫੇਰ ਮਾਣ ਸੁਣ ਮਾਣ ਵੀ ਚੰਗੀ ਖੇਤੀ ਨਾਲ ਨਾਮ ਚਮਕਾਈ ਵੀਰਨਾ ਭੁੱਲਣਾ ਤੂੰ ਜਾਵੀ ਇਹ ਧਰਤ ਹੈ ਮਾਂ ਜਿਹੀ ਗੱਲ ਦੀਪ ਦੀ ਤੂੰ ਖਾਨੇ ਵਿਚ ਪਾਈ ਵੀਰਨਾ ਗੱਲ ਦੀਪ ਦੀ ਤੂੰ ਖਾਨੇ ਵਿਚ ਪਾਈ ਵੀਰਨਾ ਕਿਆ ਬਾਤ ਹੈ ਸੁਖਵਿੰਦਰ ਜੀ ਬਹੁਤ ਸੋਹਣੀ ਰਚਨਾ ਜਿਹੜੀ ਹੈ ਤੁਸੀਂ ਇਸ ਮੰਚ ਤੇ ਲੈ ਕੇ ਆਏ ਹੋ ਸੋ ਬਿਲਕੁਲ ਜੀ ਇਹਨਾਂ ਗੱਲਾਂ ਵੱਲ ਸਾਨੂੰ ਜ਼ਰੂਰ ਗੌਰ ਫਰਮਾਉਣੀ ਚਾਹੀਦੀ ਹੈ ਜੇ ਅਸੀਂ ਵਾਤਾਵਰਨ ਦੇ ਵਿੱਚ ਫਸਲਾਂ ਜਿਹੜੀਆਂ ਉਹਨਾਂ ਨੂੰ ਅੱਗ ਲਾ ਕੇ ਧੂੰਆਂ ਪੈਦਾ ਕਰਦੇ ਹਾਂ ਨਾ ਧੂੰਆਂ ਫੈਲਾਉਂਦੇ ਹਾਂ ਉਹਦਾ ਅਸਰ ਸਾਡੀਆਂ ਸਿਹਤਾਂ ਤੇ ਵੀ ਪੈਂਦਾ ਸੋ ਬਹੁਤ ਸੋਹਣੀ ਰਚਨਾ ਬਹੁਤ ਵਧੀਆ ਲੱਗਿਆ ਤੁਸੀਂ ਇਸ ਮੰਚ ਤੇ ਆਏ ਤੇ ਬਿਲਕੁਲ ਸਮੇਂ ਤੇ ਮੁਤਾਬਿਕ ਜੇ ਆਪਾਂ ਕਹੀਏ ਹਾਲਾਤਾਂ ਦੇ ਮੁਤਾਬਿਕ ਇਹ ਰਚਨਾ ਬਹੁਤ ਸੋਹਣੀ ਹੈ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਆਉਣ ਦੇ ਲਈ ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਤੇ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਲਓ ਜੀ ਇਸ ਵੇਲੇ ਬਲਵਿੰਦਰ ਬਿੱਲਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਜੋ ਗਾਣਾ ਲੈ ਕੇ ਪਹੁੰਚੇ ਨੇ ਉਸ ਤੋਂ ਬਾਅਦ ਜਰਨੈਲ ਸਿੰਘ ਫੌਜੀ ਜੀ ਜਿਹੜੇ ਦਿੱਲੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਸਾਂਝ ਬਣਾਵਾਂਗੇ ਤੇ ਉਸ ਤੋਂ ਅਗਲੇ ਕਿਹੜੇ ਸਰੋਤੇ ਨੇ ਗਿੱਲ ਆਂਟੀ ਜੀ ਆ ਗਏ ਨੇ ਗਿੱਲ ਆਂਟੀ ਜੀ ਵੱਲ ਵੀ ਚੱਲਾਂਗੇ ਪਰ ਪਹਿਲਾਂ ਦੋ ਸਰੋਤੇ ਜਿਹੜੇ ਸਾਡੇ ਨਾਲ ਲਾਈਨ ਤੇ ਜੁੜੇ ਨੇ ਉਹਨਾਂ ਵੱਲ ਚੱਲਾਂਗੇ ਬਲਵਿੰਦਰ ਬਿੱਲਾ ਜੀ ਵੱਲ ਚੱਲਦੇ ਆ ਫਿਰ ਜਰਨੈਲ ਜੀ ਵੱਲ ਤੇ ਫਿਰ ਚੱਲਾਂਗੇ ਗਿੱਲ ਆਂਟੀ ਜੀ ਵੱਲ ਬਲਵਿੰਦਰ ਬਿੱਲਾ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੌਣਕ ਵਿਹੜੇ ਦੀ ਲਾਈਏ ਫਿਰ ਹਾਂਜੀ ਆ ਦੇਖੋ ਜੀ ਮੈਂ ਨਾ ਰਿਸ਼ਤੇਦਾਰੀ ਚ ਆਇਆ ਵਾ ਸੀ ਆਪਣੇ ਮੈਂ ਮੁੰਡੇ ਨੂੰ ਕਿਹਾ ਭਾਈ ਚਵਾਰੇ ਦਾ ਖੋਲ ਦਰਵਾਜ਼ਾ ਮੰਜਾ ਦੇ ਡਾ ਕੋਠੇ ਤੇ ਚੜ ਗਿਆ ਵੀ ਥੱਲੇ ਤਾਂ ਰੌਲਾ ਰੱਪਾ ਪੈ ਰਿਹਾ ਨਾ ਕਹਿੰਦੇ ਮਾਸੜ ਜੀ ਤੁਸੀਂ
ਉੱਪਰ ਕੀ ਕਰਨਾ ਮੈਂ ਉੱਪਰ ਭਾਈ ਮੈਂ ਰੇਡੀਓ ਸੁਣਨਾ ਕਹਿੰਦੇ ਥੱਲੇ ਸੁਣ ਲਓ ਮੈਂ ਥੱਲੇ ਨੀ ਭਾਈ ਸੁਣਿਆ ਜਾਣਾ ਬਈ ਮੈਨੂੰ 10 ਮਿੰਟ ਦੋ ਮੈਂ ਫੇਰ ਆ ਕੇ ਲੰਗਰ ਪਾਣੀ ਛਕੂੰਗਾ ਪਹਿਲਾਂ ਵੀ ਮੈਂ ਰੇਡੀਓ ਸੁਣਿਆ ਵਾ ਬਾਕੀ ਜੀ ਜਿਹੜੇ ਨਵੇਂ ਆਪਣੇ ਸਰੋਤੇ ਆਏ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਚੰਨ ਪਰਦੇਸੀ ਦੂਰ ਦੁਰਾਡੇ ਦੇਸ਼ ਵਿਦੇਸ਼ ਚ ਸੁਣਦੇ ਨੇ ਮੇਰੇ ਵੀਰ ਭੈਣਾਂ ਸਾਰਿਆਂ ਨੂੰ ਸਾਡੇ ਮਾਧੋਪੁਰੀ ਲਾਣੇ ਵੱਲੋਂ ਬਹੁਤ ਹੀ ਨਿੱਘ ਭਰੀ ਸਤਿ ਸ੍ਰੀ ਅਕਾਲ ਜੀ। ਚਲੋ ਜੀ ਅੱਜ ਭੈਣ ਜੀ ਮੇਰਾ ਗਲਾ ਥੋੜਾ ਜਾ ਖਰਾਬ ਜਿਹੀ ਹੈ ਧੂਏ ਤਾਂ ਐ ਜਿਹਾ ਕਰਕੇ ਤੁਹਾਨੂੰ ਪਤਾ ਜੀ ਅੱਜ ਕੱਲ ਬੜਾ ਹੋਇਆ ਵਾ ਬਈ ਮੈਂ ਛੋਟਾ ਜਿਹਾ ਗੀਤ ਸੁਣਾਊਂਗਾ ਜੀ ਕੁਲਦੀਪ ਮਾਨਕ ਸਾਹਿਬ ਦਾ। ਲਓ ਜੀ ਉਸ ਵੇਲੇ ਦੀ ਗੱਲ ਹੈ ਜਦੋਂ ਰਾਂਝਾ ਹੀਰ ਦੀ ਸੇਜ ਤੇ ਸੌ ਜਾਂਦਾ ਹੈ ਸੁੱਤੇ ਪਏ ਰਾਂਝੇ ਤੇ ਹੀਰ ਛਮਕਾਂ ਮਾਰਨ ਲੱਗਦੀ ਹੈ ਤਾਂ ਅੱਗੋਂ ਤਾਨਾ ਦਿੰਦਾ ਤਾਂ ਕੀ ਦਿੰਦਾ ਹੋ ਛਾਤੀ ਤਖਤ ਲਾਹੌਰ ਦਾ ਤੇਰੀ ਸ਼ੇਜ ਨਰਨੇ ਨਾ ਮੈਂ ਲੂਲਾਂ ਤੋੜੀਆਂ ਨਾ ਮੋਤੀ ਪੰਨੇ ਨੰਗੇ ਪਿੰਡੇ ਮਾਰਨਾ ਤੂੰ ਛਮਕਾਂ ਮੇਰੇ ਛਮਕਾਂ ਮੇਰੇ ਉਹ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ ਵੀ ਜੋਗੀਆਂ ਤੇ ਪਰਦੇਸੀਆਂ ਨਾਲ ਕਦੇ ਨਾ ਲੜੀਏ ਹੁਸਨ ਜਵਾਨੀ ਪੇਕਿਆਂ ਦਾ ਮਾਣ ਨਾ ਕਰੀਏ ਉਹਦੇ ਤਰੀਕੇ ਵਾਲੜਾ ਤੇਰੇ ਆ ਗਿਆ ਡੇਰੇ ਆ ਗਿਆ ਡੇਰੇ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ ਉਹ ਗਾਲਾਂ ਕੱਢੇ ਕਾਸ ਤੋਂ ਦੇਣੇ ਝਿੜਕਾਂ ਨਾਲੇ ਕਿਹੜੇ ਤੇਰੇ ਚੱਕ ਲੇ ਕੰਨਾਂ ਦੇ ਵਾਲੇ ਦੱਸੀ ਕਿਹੜੇ ਤੋੜ ਲੇ ਮੈਂ ਅੰਬਨੀ ਤੇਰੇ ਅੰਬਨੀ ਤੇਰੇ ਤੂੰ ਮਾਣ ਕਰੀ ਨਾ ਜੱਟੀਏ ਨੀ ਸਾਨੂੰ ਬਾਗ ਬਥੇਰੇ ਤੋਂ। ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਮੈਡਮ ਜੀ ਜਿਹੜਾ ਪਿਛਲਾ ਪੈਰਾ ਸੀ ਨਾ ਸਾਰਿਆਂ ਤੋਂ ਅਖੀਰਲਾ ਉਹ ਵਿਚਾਲੇ ਹੋ ਗਿਆ ਵਿਚਾਲਾ ਪੈਰਾ ਪਿੱਛੇ ਹੋ ਗਿਆ ਮਾਫੀ ਚਾਹੁੰਦਾ। ਚਲੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਮਨ ਨੂੰ ਖੁਸ਼ ਹੋ ਗਈ ਲੱਜਤ ਆ ਗਈ। ਕਿਆ ਬਾਤ ਹੈ ਕਿਆ ਬਾਤ ਹੈ ਸੋ ਬਿਲਕੁਲ ਇਹ ਲੱਜਤਾ ਮਨਾਂ ਦੇ ਵਿੱਚ ਬਣੀਆਂ ਰਹਿਣ ਤੇ ਇਹ ਤੁਹਾਡੀ ਕਲਾਕਾਰੀ ਹੈ ਕਿ ਤੁਸੀਂ ਇੱਧਰ ਦੇ ਪੈਰੇ ਉੱਧਰ ਕਰਕੇ ਫਿਰ ਵੀ ਗੀਤ ਜਿਹੜਾ ਸੰਪੂਰਨ ਸੁਣਾਇਆ ਸੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵੀ ਗੱਲ ਕਰਕੇ ਸ਼ੁਕਰੀਆ। ਲਓ ਜੀ ਜਰਨੈਲ ਸਿੰਘ ਫੌਜੀ ਜੀ ਸਾਡੇ ਨਾਲ ਜੁੜੇ ਨੇ ਗਿੱਲ ਆਂਟੀ ਜੀ ਦੀ ਕਾਲ ਡਿਸਕਨੈਕਟ ਹੋ ਗਿਆ ਪਰ ਸੁਰਜੀਤ ਜੀ ਬਹਿਰੀਨ ਤੋਂ ਆ ਗਏ ਨੇ ਸੋ ਬਹੁਤ ਜਲਦ ਆਉਂਦੇ ਆ ਤੁਹਾਡੇ ਤੱਕ ਪਰ ਪਹਿਲਾਂ ਜਰਨੈਲ ਜੀ ਹੋਰਾਂ ਦੇ ਨਾਲ ਬਣਾਵਾਂਗੇ ਸਾਂਝ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਕਾਲ ਜਿਹੜੀ ਇਹਨਾਂ ਦੀ ਸਾਡੇ ਨਾਲ ਜੁੜੀ ਹੋਈ ਹੈ ਸੋ ਬਹੁਤ ਬਹੁਤ ਸਵਾਗਤ ਜਰਨੈਲ ਜੀ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਗੁਰਮ ਭੈਣ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ ਅੱਜ ਮੇਰੇ ਮਾਤਾ ਜੀ ਮੈਂ ਗੱਲ ਕਰਨਾ ਆਪਣੇ ਮਾਤਾ ਜੀ ਨਾਲ ਉਹ ਤੁਹਾਨੂੰ ਜਿਹੜੇ ਪੁਰਾਣੇ ਸਿੱਠਣੀਆਂ ਹੁੰਦੀਆਂ ਸੀਗੀਆਂ ਸੁਹਾਗ ਹੁੰਦੇ ਸੀਗੇ ਜੀ ਉਹ ਤੁਹਾਨੂੰ ਉਹ ਸੁਣਾਉਣਗੇ ਜੀ ਉਹ ਸੁਣਿਓ ਉਹਨਾਂ ਨਾਲ ਗੱਲ ਕਰੀ ਮੇਰੇ ਮਾਤਾ ਜੀ ਆ। ਜੀ ਬਿਲਕੁਲ 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 ਸਭ ਤੋਂ ਪਹਿਲਾਂ ਤੇ ਤੁਹਾਡਾ ਸ਼ੁਕਰੀਆ ਕਿ ਤੁਸੀਂ ਸੱਚੀ ਮਾਤਾ ਜੀ ਨੂੰ ਇਸ ਮੰਚ ਤੇ ਲੈ ਕੇ ਆਓ ਸਾਡੇ ਲਈ ਖੁਸ਼ੀ ਦੀ ਗੱਲ ਹੈ। ਹਾਂਜੀ ਜੀ ਗੱਲ ਕਰੋ ਜੀ। ਜੀ ਜ਼ਰੂਰ। ਹੈਲੋ ਹੈਲੋ ਹਾਂਜੀ ਮਾਤਾ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਮੈਨੂੰ ਨਾਮ ਜ਼ਰੂਰ ਦੱਸੋ ਕੀ ਨਾਮ ਹੈ? ਮੇਰਾ ਨਾਮ ਬਿੰਬੋ। ਅੰਬੋ ਬਿੱਬੋ ਬਿੰਬੋ ਬਿੱਬੋ ਜੀ ਬਿੱਬੋ ਜੀ ਬਹੁਤ ਬਹੁਤ ਸਵਾਗਤ ਪਹਿਲਾਂ ਤੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਾਡੇ ਕੋਲ ਇੱਕ ਖਜ਼ਾਨਾ ਲੈ ਕੇ ਪਹੁੰਚੇ ਹੋ ਜਿਹੜਾ ਖਜ਼ਾਨਾ ਮੈਨੂੰ ਲੱਗਦਾ ਵੀ ਕਿਤੇ ਕਿਤੇ ਕਿਸੇ ਕੋਲੇ ਸੰਭਾਲਿਆ। ਅੱਜ ਕੀ ਸੁਣਾਓਗੇ ਸਾਨੂੰ ਫਿਰ ਪੁਰਾਣੇ ਰੰਗਾਂ ਦੇ ਵਿੱਚ? ਸੁਣਾ ਦਿੰਦੇ ਕੋਈ ਆ ਜਾਓ ਫਿਰ। ਅੱਛਾ ਜੀ ਕੇ ਦੇਲੇ ਛੱਤੀਆਂ ਲੰਬੀਆਂ ਵੇ ਠੀਕਾ ਹੋਏ ਜਾਨੀ ਮੇਰੀਆਂ ਕੇ ਦੇਲੇ ਰੱਖਿਆ ਲੰਬਾ ਵੇੜਾ ਜੀ ਤੇਰੇ ਲੈ ਛੱਤੀਆਂ ਨੀ ਮੈਂ ਬੈਠੇਕਾ ਨੀ ਨਾ ਜੋ ਮੇਰੀਏ ਪਤਾ ਹੀ ਰੱਖਿਆ ਨੀ ਲੰਬਾ ਵੇੜਾ ਨੀ ਕੀਰੇ ਤਾਂ ਪਿੰਜੇ ਕਿੱਥੇ ਤਾਂ ਮੈਨੂੰ ਚੇਤੇ ਭੁੱਲ ਗਿਆ। ਨਹੀਂ ਨਹੀਂ ਕੋਈ ਨੀ ਕੋਈ ਨੀ ਕੋਈ ਨੀ ਆਰਾਮ ਨਾਲ ਯਾਦ ਕਰ ਲੋ। ਕੀਰੇ ਤਾਂ ਪਿੰਜੇ ਸੂਏ ਸੋਨੇ ਨੀ ਨਣਦੇ ਮੇਰੀਏ ਕੀਤਾ ਤਾਂ ਪਿੱਛਿਆ ਲਾਲ ਰੁਮਾਲ ਏ
ਬਾਬੋ ਦੇ ਵਿੱਚ ਸੂਹੇ ਸੋਥੇ ਨੇ ਨੀ ਨੰਦੇ ਮੇਰੀਏ ਵੀਰੇ ਦਾ ਪਿੱਛਿਆ ਨਾਲ ਰੁਮਾਲੂਏ ਕੋਈ ਨੀ ਕੋਈ ਚੱਕਰ ਨੀ, ਆਰਾਮ ਨਾਲ ਯਾਦ ਕਰ ਲੋ। ਆਪਾਂ ਕਿਤੇ ਨੀ ਜਾਂਦੇ, ਆਪਾਂ ਇੱਥੇ ਹੀ ਆ, ਵਿਹੜੇ ਚ ਰੌਣਕ ਲਾਈ ਹੋਈ ਆ ਆਪਾਂ ਸਾਰਿਆਂ ਨੇ। ਹਾਂਜੀ ਹਾਂਜੀ ਭੈਣ ਜੀ, ਉਹ ਸੋਹਣੀ ਜੀ ਬਹੁਤ ਪੈਣੀ ਹੈਗੀ। ਨਹੀਂ ਨਹੀਂ ਕੋਈ ਗੱਲ ਨੀ, ਸਾਨੂੰ ਬਹੁਤ ਵਧੀਆ ਲੱਗਿਆ। ਅਗਲੀ ਵਾਰ ਜਿਹੜੇ ਮਾਤਾ ਜੀ ਆ ਉਹਨਾਂ ਨੂੰ ਪੂਰਾ ਕਿਹਾ, ਜ਼ਰੂਰ ਸੁਣਾਇਆ ਕਰਨ ਤੇ ਹਰ ਪ੍ਰੋਗਰਾਮ ਚ ਆਉਣ। ਬੜਾ ਵਧੀਆ ਲੱਗਦਾ, ਇੱਕ ਖਜ਼ਾਨਾ ਜਿਹੜਾ ਨਾ ਇਹ ਵਾਕਈ ਕਿਤੇ ਕਿਤੇ ਹੈਗਾ, ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿੰਨਾ ਸਮੇਟੀਏ ਸਾਂਭ ਕੇ ਰੱਖੀਏ ਉਨਾ ਹੀ ਵਧੀਆ। ਤੇ ਬਾਕੀ ਜਰਨੈਲ ਜੀ ਬਹੁਤ ਵਧੀਆ ਲੱਗਿਆ ਮੇਰੇ ਵੱਲੋਂ, ਤੁਹਾਡਾ ਵੀ ਸ਼ੁਕਰੀਆ ਤੇ ਮਾਤਾ ਜੀ ਦਾ ਵੀ ਦਿਲੋਂ ਸ਼ੁਕਰੀਆ। ਸੋ ਅਗਲੀ ਵਾਰ ਫੇਰ ਇਹਨਾਂ ਤੋਂ ਕੋਈ ਨਾ ਕੋਈ ਸੋਹਣਾ ਜਰਾਂਗੇ, ਜ਼ਰੂਰ ਸੁਣਾਂਗੇ, ਤੇ ਜੇ ਯਾਦ ਆ ਗਿਆ ਤੇ ਦੁਬਾਰਾ ਬੇਸ਼ੱਕ ਆ ਜਾਣ। ਬਿਲਕੁਲ ਬਿਲਕੁਲ ਬਿਲਕੁਲ, ਖਜ਼ਾਨਾ ਹੈਗਾ। ਬਹੁਤ ਬਹੁਤ ਸ਼ੁਕਰੀਆ ਜਰਨੈਲ ਜੀ, ਬਹੁਤ ਵਧੀਆ ਲੱਗਿਆ ਕਿ ਇਸ ਪ੍ਰੋਗਰਾਮ ਦੇ ਵਿਚ ਮਾਤਾ ਜੀ ਆਏ, ਤੁਸੀਂ ਆਏ। ਸੋ ਬਿਲਕੁਲ ਜੀ, ਸਾਡੀਆਂ ਜਿਹੜੀਆਂ ਮਾਤਾ ਨੇ, ਸਾਡੇ ਜਿਹੜੇ ਬਜ਼ੁਰਗ ਨੇ, ਉਹਨਾਂ ਕੋਲ ਜੋ ਖਜ਼ਾਨਾ ਹੈ ਨਾ ਉਹ ਸਾਡੇ ਕੋਲ ਹੈ ਨਹੀਂ ਹੈ। ਸੋ ਕੋਸ਼ਿਸ਼ ਕਰਿਆ ਕਰੋ ਜੇ ਘਰ ਦੇ ਕੋਈ ਬਜ਼ੁਰਗ ਇਸ ਪ੍ਰੋਗਰਾਮ ਦੇ ਵਿਚ, ਇਸ ਪਰਿਵਾਰ ਚ ਆਉਣਾ ਚਾਹੁਣ, ਆਪਣੀ ਆਵਾਜ਼ ਚ ਕੁਝ ਵੀ ਸੁਣਾਉਣਾ ਚਾਹੁਣ, ਤਾਂ ਦਿਲੋਂ ਵੈਲਕਮ, ਦਿਲੋਂ ਸਵਾਗਤ ਹੈ। ਸੋ ਬਿਲਕੁਲ ਬਹੁਤ ਚੰਗਾ ਲੱਗਦਾ ਜਦੋਂ ਸਾਡੀਆਂ ਦਾਦੀਆਂ, ਬੇਬੇ, ਨਾਨੀਆਂ ਇਸ ਮੰਚ ਤੇ ਆਉਂਦੀਆਂ ਨੇ। ਸੋ ਬਿਲਕੁਲ ਤੁਸੀਂ ਜ਼ਰੂਰ ਲੈ ਕੇ ਆਇਆ ਕਰੋ, ਇਹ ਵਾਕਈ ਮੇਰੇ ਦਿਲੋਂ ਗੁਜ਼ਾਰਿਸ਼ ਹੈ ਕਿ ਅਸੀਂ ਇਹ ਖਜ਼ਾਨਾ ਜਿੰਨਾ ਹੋ ਸਕੇ ਸਾਂਭ ਕੇ ਰੱਖੀਏ, ਇਕੱਠਾ ਕਰੀਏ। ਤੇ ਲੋ ਫਿਰ ਹੁਣ ਇਸ ਵੇਲੇ ਸੁਰਜੀਤ ਜੀ ਬਹਿਰੀਨ ਤੋਂ ਜੁੜ ਗਏ ਨੇ, ਚੱਲੀਏ ਫਿਰ ਸੁਰਜੀਤ ਜੀ ਵੱਲ। ਸੋ ਸਵਾਗਤ ਸੁਰਜੀਤ ਜੀ ਪ੍ਰੋਗਰਾਮ ਚ। ਗਗਨ ਜੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ, ਅੱਜ ਤੇ ਬੜੇ ਦਿਨਾਂ ਬਾਅਦ ਕਾਲ ਕਨੈਕਟ ਹੋਈ ਹੈ ਸੁਰਜੀਤ ਜੀ, ਸਾਨੂੰ ਬੜਾ ਵਧੀਆ ਲੱਗਿਆ ਕਿਉਂਕਿ ਹਰ ਵਾਰ ਤੁਹਾਡੀ ਕਾਲ ਜਿਹੜੀ ਰਹਿ ਜਾਂਦੀ ਸੀ ਤਿੰਨ ਚਾਰ ਪ੍ਰੋਗਰਾਮਾਂ ਚ। ਬਿਲਕੁਲ, ਫਿਰ ਮੇਰਾ ਨਾ ਜਦੋਂ ਕਾਲ ਲਾਸਟ ਪਹਿਲਾਂ ਹੀ ਫਿਰ ਮੈਡਮ ਦੀ ਕਾਲ ਆ ਜਾਂਦੀ ਹੈ ਵਿੱਚ, ਫਿਰ ਮੈਨੂੰ ਹੁੰਦਾ ਵੀ ਚਲੋ ਕਰ ਲਈ। ਹਾਂਜੀ ਫਿਰ ਔਖਾ। ਹਾਂ ਬਿਲਕੁਲ, ਮੈਂ ਤੇ ਗੀਤ ਸਮਝ ਕੋਈ ਗੱਲ ਨੀ, ਪਰਿਵਾਰ ਦੇ ਵਿੱਚ ਸਾਰੇ ਰੰਗ ਹੋਣੇ ਚਾਹੀਦੇ ਨੇ, ਥੋੜਾ ਜਿਹਾ ਅਫਸੋਸ ਵੀ ਕਰ ਲਾਂਗੇ ਆਪਾਂ ਬੈਠ ਕੇ। ਚਲੋ ਆ ਜਾ। ਹੁੱਖਾਂ ਤੇ ਟੁਕੜੇ ਟੁਕੜੇ ਕਰ ਦੇਣੇ ਮੈਂ, ਫੂਕ ਦੇਣਾ ਤਸਵੀਰਾਂ ਨੂੰ, ਖਾਤੇ ਟੁਕੜੇ ਟੁਕੜੇ ਕਰ ਦੇਣੇ ਮੈਂ, ਫੂਕ ਦੇਣਾ ਤਸਵੀਰਾਂ ਨੂੰ। ਜਦ ਤੂੰ ਹੀ ਨਹੀਂ ਤਾਂ ਕੀ ਕਰਨਾ, ਤੂੰ ਹੀ ਨਹੀਂ ਤਾਂ ਕੀ ਕਰਨਾ, ਐਨਾ ਕਾਗਜ਼ ਦੀਆਂ ਜਾਗੀਰਾਂ ਨੂੰ, ਖਤ ਟੁਕੜੇ ਟੁਕੜੇ ਕਰ ਦੇਣੇ ਮੈਂ, ਫੂਕ ਦੇਣਾ ਤਸਵੀਰਾਂ ਨੂੰ ਮੈਂ, ਸਾੜ ਦੇਣਾ ਤਸਵੀਰਾਂ ਨੂੰ। ਹੋ ਅਸੀਂ ਬਚਪਨ ਵਿੱਚ ਬਣਾਇਆ ਸੀ ਰਲ ਕੇ ਕੱਚੀ ਕੰਧੀ, ਹੋ ਅਸੀਂ ਬਚਪਨ ਵਿੱਚ ਬਣਾਇਆ ਸੀ ਘਰ ਰਲ ਕੇ ਕੱਚੀ ਮਿੱਟੀ ਦਾ, ਮੈਨੂੰ ਇੱਕ ਇੱਕ ਲਫ਼ਜ਼ੀ ਉਹ ਚੇਤੇ ਹੈ ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ, ਮੈਨੂੰ ਇੱਕ ਇੱਕ ਲਫ਼ਜ਼ੀ ਉਹ ਚੇਤੇ ਹੈ ਤੇਰੇ ਪਿਆਰ ਦੀ ਪਹਿਲੀ ਚਿੱਠੀ ਦਾ। ਮੈਂ ਦਿਲ ਤੇ ਲਿਖਿਆ ਹੋਇਆ ਏ, ਦਿਲ ਤੇ ਲਿਖਿਆ ਹੋਇਆ ਏ ਤੇਰੇ ਪਿਆਰ ਦੀਆਂ ਤਹਿਰੀਰਾਂ ਨੂੰ, ਖਤ ਟੁਕੜੇ ਟੁਕੜੇ ਕਰ ਦੇਣੇ ਮੈਂ, ਫੂਕ ਦੇਣਾ ਤਸਵੀਰਾਂ ਨੂੰ ਮੈਂ, ਸਾੜ ਦੇਣਾ ਤਸਵੀਰਾਂ ਨੂੰ। ਐਨਾ ਗੁੰਗੀਆਂ ਬੋਲੀਆਂ ਤਸਵੀਰਾਂ, ਦੁੱਖ ਵੰਡੇ ਨਾ ਮਰ ਜਾਣੀ ਦੇ, ਐਨਾ ਗੁੰਗੀਆਂ ਬੋਲੀਆਂ ਤਸਵੀਰਾਂ, ਦੁੱਖ ਵੰਡੇ ਨਾ ਮਰ ਜਾਣੀ ਦੇ, ਇਹਨਾਂ ਨੂੰ ਦਰਦ ਸੁਣਾਉਂਦਾ ਸਾਂ ਮੈਂ, ਰੱਖ ਕੇ ਜਗਾਂ ਸਰਾਣੇ ਦੇ, ਇਹਨਾਂ ਨੂੰ ਦਰਦ ਸੁਣਾਉਂਦਾ ਸਾਂ
ਮੈਂ ਰੱਖ ਕੇ ਜਗਾਂ ਸਰਾਣੇ ਦੇ, ਇਹ ਹੋਰ ਸਗੋਂ ਤੜਫੋਂਦੀਆਂ ਸਨ, ਹੋਰ ਸਗੋਂ ਤੜਫੋਂਦੀਆਂ ਸਨ, ਮੇਰੇ ਨੈਣੋ ਵੈਂਦ ਨੀਰਾਂ ਨੂੰ ਖਤ ਟੁਕੜੇ ਟੁਕੜੇ ਕਰ ਦੇਣੇ, ਮੈਂ ਫੂਕ ਦੇਣਾ ਤਸਵੀਰਾਂ ਨੂੰ, ਮੈਂ ਸਾੜ ਦੇਣਾ ਤਸਵੀਰਾਂ ਨੂੰ। ਸ਼ੁਕਰੀਆ ਜੀ। ਵਾਹ ਜੀ ਵਾਹ, ਕਿਆ ਬਾਤ ਹੈ, ਬਹੁਤ ਵਧੀਆ ਲੱਗਿਆ ਸਰਜੀਤ ਜੀ, ਇੱਕ ਵੱਖਰਾ ਜਿਹਾ ਰੰਗ ਇਸ ਮੰਚ ਤੇ ਤੁਸੀਂ ਲੈ ਕੇ ਪਹੁੰਚੇ ਹੋ, ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਇਸ ਮੰਚ ਤੇ ਆਉਣ ਦੇ ਲਈ, ਤੇ ਪਿਆਰੀ ਜੀ ਆਵਾਜ਼ ਚ ਸਾਡੇ ਸਾਰਿਆਂ ਦੇ ਨਾਲ ਇਸ ਗੀਤ ਨੂੰ ਸਾਂਝਾ ਕਰਨ ਦੇ ਲਈ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਬਿਲਕੁਲ ਤਿਆਰ ਬਰ ਤਿਆਰ ਹੈ, ਜਿਹੜੀ ਸਾਡੇ ਨਾਲ ਇਸ ਮੰਚ ਤੇ ਪਹੁੰਚ ਚੁੱਕੀ ਹੈ ਗਿਲ ਆਂਟੀ ਜੀ ਦੀ, ਕਿਉਂਕਿ ਗਿਲ ਆਂਟੀ ਜੀ ਦੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਸੀ, ਉਸ ਤੋਂ ਬਾਅਦ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਸੋ ਸੁਖਵਿੰਦਰ ਜੀ ਬਨਵਾਰੀ ਰਾਜਪੁਰਾ ਤੋਂ ਬਹੁਤ ਜਲਦ ਤੁਹਾਡੇ ਵੱਲ ਆਉਣੇ, ਪਰ ਪਹਿਲਾਂ ਗਿੱਲ ਆਂਟੀ ਜੀ ਦੀ ਸਾਂਝ ਬਣੀ ਹੈ, ਚੱਲੀਏ ਗਿੱਲ ਆਂਟੀ ਜੀ ਵੱਲ। ਗਿੱਲ ਆਂਟੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਬੇਟੇ, ਵੈਲਕਮ ਆਇਆ ਨੂੰ ਜੀ, ਸ਼ੁਕਰੀਆ। ਹਾਂਜੀ, ਸਾਰਿਆਂ ਸਤਿ ਸ੍ਰੀ ਅਕਾਲ ਜਿਹੜੇ ਸੁਣ ਰਹੇ ਨੇ ਪੰਜਾਬੀ ਵਿਹੜਾ ਚੰਦ ਪ੍ਰਦੇਸੀ ਰੌਣਕਾਂ ਜੀ। ਤੇ ਮੈਂ ਬਾਹਰੋਂ ਆਈ ਸੀ ਸਟੋਰ ਤੇ, ਮੇਰਾ ਬੇਟਾ ਮੰਗਲਵਾਰ ਘਰੇ ਹੀ ਹੁੰਦਾ ਹੈ, ਤੇ ਮੈਂ ਮੇਰਾ ਚਾਰਜਰ ਮੁੱਕਣ ਵਾਲੀ ਸੀ ਬੈਟਰੀ ਵੀ, ਤੇ ਮੈਂ ਜੇ ਹੁਣ ਨਾ ਚੁੱਕਿਆ ਦੇਖ ਲੋ ਫਿਰ, ਅਸੀਂ ਬੈਟਰੀ ਜਾਣ ਤੋਂ ਪਹਿਲਾਂ ਪਹਿਲਾਂ ਤੁਹਾਡੀ ਫੋਨ ਕਾਲ ਜਿਹੜੀ ਹੈ। ਚਲੋ ਜੀ, ਅਟੈਂਡ ਕਰ ਲਈ, ਸੁਣਾ ਦੇਣੀ ਆ, ਆ ਜਾ ਫਿਰ। ਵਗਦੀ ਨਦੀ ਦੇ ਵਿੱਚ ਦੋ ਜਣੇ ਨਹਾਉਂਦੇ, ਵਗਦੀ ਨਦੀ ਦੇ ਵਿੱਚ ਦੋ ਜਣੇ ਨਹਾਉਂਦੇ, ਚੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ, ਚੁੱਕਦੇ ਪੱਲਾ ਨੀ ਤੇਰੇ ਪੈਰੀ ਹੱਥ ਲਾਉਂਦੇ, ਨੀ ਨਖਰੋ ਤਾਈ ਭੋਰਾ ਕੰਮ ਨਾ ਕਰਦੀ, ਨਖਰੋ ਤਾਈ ਭੋਰਾ ਕੰਮ ਨਾ ਕਰਦੀ, ਬਹਿ ਜਾਂਦੀ ਬਿੰਦੀ ਲਾ ਕੇ, ਤੇਰੀ ਬਿੰਦੀ ਨੇ ਕਰਨ ਤੇ ਤੇਰੀ ਬਿੰਦੀ ਨੇ ਕਰਨ ਜੰਦਰੇ ਲਾਤੇ, ਤੇ ਜਦੋਂ ਕੰਮ ਨਾ ਕਰਾਂਗੇ ਜੰਦਰੇ ਹੀ ਨੇ ਫਿਰ। ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਛੈਣੇ, ਨੀ ਇਥੋਂ ਦੇ ਨੀ ਇਥੋਂ ਦੇ ਸ਼ੌਕੀਨ ਗੱਭਰੂ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, ਨੀ ਇਥੋਂ ਦੇ ਸ਼ੌਕੀਨ ਗੱਭਰੂ, ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, ਨੀ ਇਥੋਂ ਦੇ ਸ਼ੌਕੀਨ ਗੱਭਰੂ। ਅੱਛਾ ਜੀ, ਮਹਿੰਦੀ ਵਾਲੇ ਹੱਥਾਂ ਨਾਲ ਮਨਾਉਂਦੀ ਫਿਰਾਂ ਹਾਣੀਆਂ, ਮਹਿੰਦੀ ਵਾਲੇ ਹੱਥਾਂ ਨਾਲ ਮਨਾਉਂਦੀ ਫਿਰਾਂ ਹਾਣੀਆਂ, ਵੇ ਮੇਰਾ ਕੀ ਜ਼ੋਰ ਮੁੰਡਿਆ, ਵੇ ਪੇਕੇ ਛੱਡ ਜਾ, ਵੇ ਪੇਕੇ ਛੱਡ ਜਾ, ਮਹੀਨਾ ਇੱਕ ਹੋਰ ਮੁੰਡਿਆ, ਵੇ ਪੇਕੇ ਛੱਡ ਜਾ, ਮਹੀਨਾ ਇੱਕ ਹੋਰ ਮੁੰਡਿਆ, ਨੀ ਦਿਓਰ ਮੇਰੇ ਦਾ ਪਵੇ ਚੁਬਾਰਾ, ਦਿਓਰ ਮੇਰੇ ਨੇ ਪਾਇਆ ਚੁਬਾਰਾ, ਭਾਂਤ ਭਾਂਤ ਦੀ ਇੱਟ ਲੱਗ ਗਈ, ਚਾਰ ਭਾਂਤ ਦਾ ਗਾਰਾ, ਵਿਆਕੜ ਕਾਹਦੀ ਸੀ ਹੁਣ ਤੱਕ ਫਿਰੇ ਕੁਆਰਾ, ਆਕੜ ਕਾਹਦੀ ਸੀ ਹੁਣ ਤੱਕ ਫਿਰੇ ਕੁਆਰਾ, ਆਕੜ ਕਾਹਦੀ ਸੀ, ਨੀ ਭਾਬੀ ਮੈਂ ਛੜਾ ਰਹਿ ਗਿਆ, ਨੀ ਭਾਬੀ ਮੈਂ ਛੜਾ ਰਹਿ ਗਿਆ, ਹੁਣ ਕੀ ਇਲਾਜ ਬਣਾਵਾਂ, ਜੀ ਕਰਦਾ ਮੈਂ ਯੂਪੀ ਸ਼ਹਿਰ ਚੋਂ ਬਈਆ ਰਾਣੀ ਲਿਆਵਾਂ, ਨੀ ਰੱਜ ਰੱਜ ਖੁਸ਼ੀਆਂ ਮਨਾਵਾਂ ਤੇ ਖੁਸ਼ੀਆਂ ਦੇ ਭੰਗੜੇ ਪਾਵਾਂ, ਨੀ ਜਦੋਂ ਰੁੱਸ ਪੈਂਦੀ ਜਦੋਂ ਰੁੱਸ ਪੈਂਦੀ ਚੌਲਾਂ ਨਾਲ ਮਨਾਵਾਂ, ਜਦੋਂ ਰੁੱਸ ਪੈਂਦੀ ਚੌਲਾਂ ਨਾਲ ਮਨਾਵਾਂ, ਜਦੋਂ ਰੁੱਸ ਪੈਂਦੀ ਬਈਏ ਖਾਂਦੇ ਨਾ, ਮੇਰੇ ਜੇਠ ਨੇ ਮੇਰੇ ਪੱਖੀਆਂ 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 ਨੀ, ਮੇਰੇ ਜੇਠ ਦੇ ਪੁੱਠੇ ਦਿਨ ਆ ਗਏ, ਨੀ ਕਿੱਕਰਾਂ ਨੂੰ ਪਾਉਂਦਾ ਜੱਫੀਆਂ ਨੀ, ਮੇਰੇ ਜੇਠ ਦੇ ਪੁੱਠੇ ਦਿਨ, ਕਿੱਕਰਾਂ ਨੂੰ ਪਾਉਂਦਾ ਜੱਫੀਆਂ ਨੀ, ਪਾਈਏ 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 ਨੀ ਗੁਰਨਾਮ ਕੁਰੇ, ਪਾਈਏ 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 ਦਸ ਗੁਰਨਾਮ ਕੁਰੇ, ਤੈਨੂੰ ਜੈਲ ਦਿਆਰ ਨਾਲ ਵਿਆਹੀਏ, ਲਾ ਕੇ ਕਿੱਲੀ ਤੋਂ ਸੂਟ ਵਿੱਚ ਰੇਸ਼ਮੀ ਨਾ ਲਾ ਪਾਈਏ ਆਪਣੇ ਕੰਤ ਬਿਨਾ, ਹੋਰ ਕਿਤੇ ਨਾ ਲਾਈਏ ਨੀ ਆਪਣੇ ਕੰਤ ਬਿਨਾ, ਹੋਰ ਕਿਤੇ ਨਾ ਲਾਈਏ ਨੀ ਆਪਣੇ ਕੰਤ ਬਿਨਾ, ਆਵੇ ਨਾਜਰਾ ਜਾਵੇ ਨਾਜਰਾ ਬੋਤਾ ਬੰਦ ਦਰਵਾਜੇ, ਤੇ ਬੋਤੇ ਤੇਰੇ ਨੂੰ ਘਾ ਦਾ ਟੋਕਰਾ, ਤੈਨੂੰ ਦੋ ਪ੍ਰਸ਼ਾਦੇ ਖਾਲੀ ਮੁੜ ਜਾਵੇ, ਸਾਡੇ ਨਹੀਂ ਰਾਧੇ ਖਾਲੀ ਮੁੜ ਜਾਵੇ, ਆਵੇ ਨਾਜਰਾ ਜਾਵੇ ਨਾਜਰਾ ਬੋਤਾ ਬੰਦ ਦਰਵਾਜੇ, ਬੋਤੇ ਤੇਰੇ ਨੂੰ ਘਾ ਦਾ ਟੋਕਰਾ, ਤੈਨੂੰ ਦੋ ਪ੍ਰਸ਼ਾਦੇ ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ ਗਿੱਧੇ ਵਿੱਚ ਨੱਚਦੀ ਦੀ, ਧਮਕ ਪਵੇ ਦਰਵਾਜੇ ਗਿੱਧੇ ਵਿੱਚ ਨੱਚਦੀ ਦੀ। ਓਕੇ ਬੇਟਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਗਿੱਲ ਆਂਟੀ, ਬਹੁਤ ਸੋਹਣੀਆਂ ਬੋਲੀਆਂ, ਸੋ ਵਾਕਈ ਜੀ ਕਿਆ ਬਾਤ ਹੈ, ਰੌਣਕਾਂ ਲਾ ਗਏ ਹੋ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਇਸ ਮੰਚ 'ਤੇ ਤਮਾਮ ਸਰੋਤਿਆਂ ਦੇ ਨਾਲ ਇੰਨੀਆਂ ਸੋਹਣੀਆਂ ਬੋਲੀਆਂ ਸਾਂਝੀਆਂ ਕਰਨ ਦੇ ਲਈ। ਅਤੇ ਲਓ ਜੀ, ਮੇਰੇ ਕੋਲ ਤੁਹਾਡੇ ਸੁਨੇਹ ਵੀ ਆਈ ਜਾਂਦੇ ਨੇ, ਅਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਅਗਲੇ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਜਿਨ੍ਹਾਂ ਦੀ ਕਾਲ ਡਿਸਕਨੈਕਟ ਹੋ ਗਈ ਆ। ਸੁਖਵਿੰਦਰ ਸਿੰਘ ਜੀ ਸੀ, ਲਓ ਦੁਬਾਰਾ ਤੋਂ ਆ ਗਏ ਨੇ, ਫਿਰ ਆਪਾਂ ਚੱਲੀਏ ਇਹਨਾਂ ਦੇ ਵੱਲ। ਸੋ ਸੁਖਵਿੰਦਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ ਤੁਹਾਡਾ ਰਾਜਪੁਰਾ ਤੋਂ। ਮੈਡਮ ਗਗਨ ਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਬਹੁਤ ਬਹੁਤ ਸਵਾਗਤ। ਤੇ ਸੁਖਵਿੰਦਰ ਜੀ ਦੀ ਕਾਲ ਜਿਹੜੀ ਹੈ ਨਾ, ਲੱਗੀ ਲੱਗੀ ਡਿਸਕਨੈਕਟ ਹੋ ਗਈ, ਸਾਨੂੰ ਲੱਗਿਆ ਵੀ ਕਿਤੇ ਗਾਇਬ ਹੋ ਗਏ, ਪਰ ਬਹੁਤ ਵਧੀਆ ਕਿ ਤੁਸੀਂ ਨਾਲ ਹੀ ਆ ਗਏ। ਹਾਂਜੀ ਹਾਂਜੀ ਮੈਡਮ ਜੀ, ਪਹਿਲਾਂ ਮੈਂ ਕਲੀਅਰ ਕਰ ਦਾਂ ਜੀ ਸਾਰੇ ਦੋਸਤਾਂ ਦੇ ਲਈ ਕਿ ਮੇਰਾ ਨਾਂ ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਂਤਾ ਜੀ। ਤੁਸੀਂ ਵਧੀਆ ਕੀਤਾ, ਕਿਉਂਕਿ ਮੈਂ ਵੀ ਕਨਫਿਊਜ਼ ਸੀ, ਸੋਚਿਆ ਹਾਂਜੀ ਮੈਨੂੰ ਲੱਗਿਆ ਜੀ ਮੈਂ ਤਾਂ ਕਰਕੇ ਕਿਹਾ ਜੀ। ਹਾਂ ਨਹੀਂ ਨਹੀਂ ਬਿਲਕੁਲ, ਤੁਸੀਂ ਬਹੁਤ ਵਧੀਆ ਕੀਤਾ, ਤੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਸੁਖਵਿੰਦਰ ਸਿੰਘ ਜੀ ਪਿੰਡ ਬਨਵਾੜੀ, ਜ਼ਿਲ੍ਹਾ ਬਨਵਾੜੀ। ਬਨਵਾੜੀ ਹਾਂਜੀ, ਕਿਉਂਕਿ ਅੰਗਰੇਜ਼ੀ ਦੇ ਵਿੱਚ ਆਪਾਂ ਰਾੜਾ ਨਹੀਂ ਨਾ ਲਿਖ ਪਾਉਂਦੇ ਜੀ। ਹਾਂ ਬਨਵਾੜੀ, ਚਲੋ ਹੁਣ ਆਪਾਂ ਸੁਖਵਿੰਦਰ ਜੀ ਪਿੰਡ ਬਨਵਾੜੀ ਬਲਵਿੰਦਰ ਬਿੱਲਾ ਮਾਧੋਪੁਰੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਤੇ ਮੈਡਮ ਜੀ ਮੈਂ ਅੱਜ ਹਾਸਿਆਂ ਦੇ ਗੋਲ ਗੱਪੇ ਲੈ ਕੇ ਦੁਬਾਰਾ ਹਾਜ਼ਰ ਹੋਇਆ ਜੀ। ਵਾਹ ਕਿਆ ਬਾਤ ਹੈ, ਮਤਲਬ ਅੱਜ ਹਾਸਿਆਂ ਦੀ ਪਿਟਾਰੀ ਖੁੱਲਣ ਵਾਲੀ ਹੈ, ਤੇ ਸਾਰਿਆਂ ਦੇ ਚਿਹਰਿਆਂ ਦੇ ਮੁਸਕਰਾਹਟ ਆਉਣਗੇ, ਆਜੋ ਫਿਰ। ਹਾਂਜੀ ਤੇ ਮੈਡਮ ਜੀ, ਇੱਕ ਵਾਰ ਨਾ ਕਿਸੇ ਬਜ਼ੁਰਗ ਦੀ ਮੌਤ ਹੋਣ ਕਰਕੇ ਨਾ ਪਿੰਡ ਵਾਲੇ ਸਕੂਲ ਦੇ ਵਿੱਚ ਨਾ ਛੁੱਟੀ ਹੋ ਜਾਂਦੀ ਹੈ ਜੀ। ਅੱਛਾ। ਤੇ ਸਾਰੇ ਬੱਚੇ ਨਾ ਆਪਣੇ ਘਰਾਂ ਨੂੰ ਜਾ ਰਹੇ ਹੁੰਦੇ ਆ ਵਾਪਸ, ਤੇ ਅੱਗੇ ਨਾ ਦੋ ਬਜ਼ੁਰਗ ਨਾ ਸਕੂਲ ਵੱਲ ਨੂੰ ਆ ਰਹੇ ਹੁੰਦੇ ਆ, ਤੇ ਦੋ ਦੋਸਤ ਨਾ ਆਪਸ ਦੇ ਵਿੱਚ ਗੱਲਾਂ ਕਰਦੇ ਆ, ਕਹਿੰਦੇ ਉਹ ਦੇਖੋ ਇਹ, ਕਹਿੰਦਾ ਕੀ ਹੈ, ਕਹਿੰਦਾ ਉਹ ਦੇਖ ਵੀ ਕੌਣ ਆ ਰਿਹਾ, ਕਹਿੰਦਾ ਕੌਣ, ਕਹਿੰਦਾ ਦੋ ਛੁੱਟੀਆਂ ਹੋਰ ਆ ਰਹੀਆਂ। ਤੇ ਹਾਂਜੀ, ਤੇ ਦੂਜਾ ਚੁਟਕਲਾ ਹੈ ਜੀ, ਦੂਜਾ ਚੁਟਕਲਾ ਮੈਡਮ ਜੀ, ਇੱਕ ਵਾਰ ਨਾ ਇੱਕ ਦੋਸਤ ਨਾ ਆਪਣੇ ਦੋਸਤ ਨੂੰ ਨਾਲ ਲੈ ਕੇ ਨਾ ਆਪਣੇ ਸਹੁਰਿਆਂ ਜਾਂਦਾ ਜੀ। ਅੱਛਾ। ਤੇ ਉਹਦੀ ਮਤਲਬ ਕਿ ਸੱਸ ਨਾ ਉਹਨੂੰ ਨਾ ਉੱਥੇ ਨਾ ਗੁਲਗੁਲੇ ਬਣਾ ਕੇ ਖਿਲਾਉਂਦੀ ਹੈ ਜੀ, ਤੇ ਉਹਨੂੰ ਬੜੇ ਪਸੰਦ ਆਉਂਦੇ ਆ ਜੀ। ਅੱਛਾ। ਤੇ ਜਦੋਂ ਉਹ ਆਪਣੇ ਘਰ ਆਉਂਦਾ ਨਾ, ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਮੈਂ ਨਾ ਫਲਾਣੇ ਦੇ ਸਹੁਰਿਆਂ ਗਿਆ ਸੀ, ਤੇ ਉਹਨਾਂ ਨੇ ਨਾ ਉਹ ਗੋਲ ਗੋਲ ਬਣਾਏ ਸੀ ਮਿੱਠੇ ਮਿੱਠੇ, ਵੀ ਤੂੰ ਵੀ ਮੈਨੂੰ ਬਣਾ ਕੇ ਖਵਾ। ਉਹ ਕਹਿੰਦੀ ਕੀ ਗੋਲ ਗੋਲ ਮਿੱਠੇ ਮਿੱਠੇ, ਕੀ ਰਸਗੁੱਲੇ, ਕਹਿੰਦਾ ਨਹੀਂ, ਕਹਿੰਦੀ ਗੁਲਾਬ ਜਾਮਣਾ, ਕਹਿੰਦਾ ਨਹੀਂ, ਕਹਿੰਦਾ ਗੋਲ ਗੋਲ ਮਿੱਠੇ ਮਿੱਠੇ। ਉਹਨੂੰ ਸਮਝ ਨੀ ਆਉਂਦਾ ਜੀ, ਉਹ ਨਾ ਇਸੇ ਗੱਲ ਕਰਕੇ ਨਾ ਉਹਨੂੰ ਕੁੱਟਣ ਮਾਰਨ ਲੱਗ ਜਾਂਦਾ ਜੀ। ਤੇ ਸਾਰੇ ਗੁਆਂਢੀ ਇਕੱਠੇ ਹੋ ਜਾਂਦੇ ਆ, ਤੇ ਲੋਕ ਪੁੱਛਦੇ ਵੀ ਤੂੰ ਕਿਉਂ ਮਾਰਦਾ ਇਹਨੂੰ, ਕਹਿੰਦਾ ਮੈਂ ਇਹਨੂੰ ਕਿਹਾ ਵੀ ਮੈਨੂੰ ਗੋਲ ਗੋਲ ਮਿੱਠੇ ਮਿੱਠੇ ਬਣਾ ਕੇ ਖਵਾ। ਉਹ ਵੀ ਉਦਾਂ ਕਹਿੰਦੇ ਜੀ ਰਸਗੁੱਲੇ, ਕਹਿੰਦਾ ਨਹੀਂ, ਕਹਿੰਦਾ ਗੁਲਾਬ ਜਾਮਣ, ਕਹਿੰਦੇ ਨਹੀਂ, ਕਹਿੰਦੇ ਤੈਨੂੰ ਆਪ ਨੂੰ ਪਤਾ ਨੀ ਹੈ ਵੀ ਬਹੁ ਨੂੰ ਕੁੱਟ ਕੁੱਟ ਕੇ ਤੇ ਗੁਲਗੁਲੇ ਵਰਗੀ ਕਰਤਾ। ਉਹ ਕਹਿੰਦਾ ਹਾਂ ਗੁਲਗੁਲੇ। ਕਿਆ ਬਾਤ ਹੈ, ਸੋ ਵਾਕਈ ਦੇਖ ਲੋ ਗੁਲਗੁਲਿਆਂ ਦਾ ਨਾਮ ਜਿਹੜਾ ਇੰਨੀ ਕੁੱਟ ਤੋਂ ਬਾਅਦ ਯਾਦ ਆਇਆ। ਸੋ ਬਾਕੀ ਬਹੁਤ ਸੋਹਣੇ ਚੁਟਕਲੇ ਜਿਹੜੇ ਆ ਤੁਸੀਂ ਲੈ ਕੇ ਪਹੁੰਚੇ ਹੋ। ਸੋ ਸੁਖਵਿੰਦਰ ਜੀ, ਵਾਕਈ ਹਾਸਿਆਂ ਦੀ ਬੜੀ ਜ਼ਰੂਰਤ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਧੰਨਵਾਦ ਮੈਡਮ ਜੀ। ਹਾਂ ਬਹੁਤ ਵਧੀਆ ਲੱਗਿਆ ਤੁਸੀਂ ਇਸ ਪਰਿਵਾਰ ਦੇ ਵਿੱਚ ਆਏ, ਤੇ ਹਾਸਿਆਂ ਦੀ ਪਿਟਾਰੀ ਲੈ ਕੇ ਆਉਂਦੇ ਹੋ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਅੱਜ ਤੇ ਮੇਰਾ ਮਤਲਬ ਹਾਸਾ ਵੀ ਨਿਕਲਦਾ ਨਾ ਤਾਂ ਨਾਲ ਖੰਘ ਜਿਹੜੀ ਹੈ ਉਹ ਸ਼ੁਰੂ ਹੋਣ ਲੱਗ ਜਾਂਦੀ ਹੈ। ਸੋ ਸਿਹਤ ਨਾਸਾਜੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ, ਸੋ ਦੁਆਵਾਂ ਨੇ ਕਿ ਇਹ ਠੀਕ ਹੀ ਰਹੇ ਤਾਂ ਚੰਗੀ ਗੱਲ ਹੈ, ਕਿਉਂਕਿ ਜਦੋਂ ਸਿਹਤ ਚੰਗੀ ਨਹੀਂ ਰਹਿੰਦੀ ਹੈ ਤੇ ਫਿਰ ਚੰਗਾ ਨਹੀਂ ਲੱਗਦਾ ਕੁਛ ਵੀ, ਕਿਉਂਕਿ ਛੁੱਟੀਆਂ ਵੀ ਤਿਆਰ ਹੋ ਜਾਂਦੀਆਂ ਨੇ। ਸੋ ਦੁਆਵਾਂ ਇਹੀ ਹੈ, ਸੋ ਬਾਹਰ ਦਾ ਹਲਕਾ ਮੋਟਾ ਵੀ ਖਾ ਲਈਏ, ਤੇ ਥੋੜ੍ਹਾ ਜਿਹਾ ਮੌਸਮ ਜਿਹੜਾ ਉਹ ਵੀ ਖਰਾਬ ਹੈ, ਤੇ ਪ੍ਰਦੂਸ਼ਣ ਵੀ ਹਵਾ 'ਚ ਵੱਧਦਾ ਜਾ ਰਿਹਾ। ਬੇਸ਼ੱਕ ਅਸੀਂ ਕਿੰਨੀਆਂ ਵੀ ਗੱਲਾਂ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਈਏ, ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ, ਪਰ ਫਿਰ ਵੀ ਸਾਨੂੰ ਬਹੁਤ ਸਾਰੇ ਖੇਤ ਅਜਿਹੇ ਮਿਲ ਜਾਂਦੇ ਨੇ ਜਿੱਥੋਂ ਸ਼ਾਮ ਨੂੰ 5 ਵੱਜਦੇ ਹੀ ਧੂੰਆਂ ਉੱਠਣਾ ਸ਼ੁਰੂ ਹੋ ਜਾਂਦਾ, ਤੇ ਆਸਮਾਨ ਦੇ ਵਿੱਚ ਬੱਦਲਾਂ ਵਰਗਾ ਮਾਹੌਲ ਬਣ ਜਾਂਦਾ, ਤੇ ਦਮ ਘੁੱਟਣ ਵਰਗੀ ਹਵਾ ਆਲੇ ਦੁਆਲੇ ਜਿਹੜੀ ਹੈ ਉਹ ਘੁੰਮਣ ਘੇਰੀਆਂ ਜਿਹੜੀਆਂ ਪਾਉਣੀਆਂ ਸ਼ੁਰੂ ਕਰ ਦਿੰਦੀਆਂ। ਸੋ ਇਹ ਚੰਗੀਆਂ ਗੱਲਾਂ ਨਹੀਂ ਆ, ਪਰ ਕੀ ਕਰੀਏ, ਸਾਨੂੰ ਇਨਸਾਨਾਂ ਨੂੰ ਸਮਝਣਾ ਚਾਹੀਦਾ, ਕੁਦਰਤ ਦੇ ਨਾਲ ਖਿਲਵਾੜ ਬਹੁਤ ਮਹਿੰਗਾ ਪੈਣਾ। ਫਿਲਹਾਲ ਸਾਡੇ ਨਾਲ ਅਗਲੇ ਸਰੋਤਿਆਂ ਦੀ ਸਾਂਝ ਬਣੀ ਹੈ। ਜਸਵੀਰ ਜੀ ਭਲੂਰੀਆ ਕੈਨੇਡਾ ਤੋਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ, ਆਓ ਚੱਲਦੇ ਇਹਨਾਂ ਦੇ ਵੱਲ। ਸੋ ਜਸਵੀਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਭੈਣ ਗਗਨਦੀਪ ਜੀ। ਜੀ ਪਿਆਰੀ ਪਿਆਰੀ ਭੈਣ ਗਗਨਦੀਪ ਅਤੇ ਚੰਨਪੁਰ ਦੇਸੀ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
जी तुहानू भी प्यार भरी सत श्री अकाल जसवीर जी। फिर रौनकां अपने वेड़े दे विच लगियां होईयां ने, तुसी केड़ियां खास गल्लां दे नाल इजाफा करना है ना रौनकां दे विच? होर अज रौनकां घट है ते गंभीर गल्लां ज्यादा हो रही भैन जी। और शुरू तो भी मुकद्दर सिंह ने कहता सीगा ते उस तो बाद भी सरोते गंभीर गल्लां ही कर रहे है, गंभीर अपनियां रचनावां सुना रहे है, गीत सुना रहे है। ते मैं भी इदां दी इक कहानी सुनाउण लगा जी। पिछले दिन ना रोपड दे विच इक बहुत ही दिल दहलाउण वाली घटना वापरी है, आपां नूं सारिआं नूं पता है। ते तुहाडा अज दा जिहड़ा विचार सी मैनूं लगदा ओह वी उधर ही इशारा सीगा। बिलकुल। ते कोरोना काल दे विच इक मैं मिनी कहानी लिखी सी, उहदा सिरलेख है एहसास। ते ओह कहानी मैं अज तुहाडे नाल ते अपने सारे स्रोतिआं नाल सांझी कर रहा है जी। कहानी इस तरह जी, अज अचानक गुलतान सिंह बिरद आश्रम विच छड्डे अपने मापे कोल पहुंच गया अते घर वापस जाण लई तरले करन लगा। पर मां प्यो घर जाण लई राजी नहीं हो रहे सन। ओह कह रहे सन, नहीं बेटा तुसी अपने घर सुखी वसो, असी तुहाडी जिंदगी विच अड़िकां नहीं बनना चाहुंदे। नाले हुण तां इह बिरद आश्रम ही सानू साडा घर लगन लगा है। पर गुलतान सिंह अपने मां प्यो दे पैरां विच सिर रख के उच्ची उच्ची रोण लगा। दूर खड़ा सेवादार यह सारा दृश्य देख रहा सी। मसले नूं जानने लई कोल आके पुछन लगा, नौजवान तू कौन है अते की मसला है तुहाडा? ज्ञानी जी मैं इन्हां दा अपागा बेटा हाँ अते अज मैं इन्हां नूं घर लिजाण लई आया हाँ। गुलतान सिंह ने डुसकदे होए कहा, पर नौजवान इन्हां नूं इत्थे आया तां घट्टो घट 3 साल हो गए ने। पहला तां तुसी कदे इन्हां दी खबरसार नहीं लई। सेवादार ने अचानक आउण दा कारण जानना चाहा। ज्ञानी जी मेरी घरवाली नूं कोरोना वायरस की बीमारी लग गई है, हुण उह हस्पताल विच मौत नाल जूझ रही है अते दोनों बच्चे उन्हां दे नानके छड्डे होए हन। हुण मैं घर विच इकला परेशान रहिंदा हाँ। हुण मैनूं अहसास हो गया है कि परिवार तो दूर रहना किन्ना औखा है। दसदिआं उस दा गच भर आया अते बोलण असमर्थ हो गया। इन्नी कहानी भैण जी। क्या बात है जसवीर जी, सो वाकई दिल नूं छूहण वाली कहानी है, बहुत सोहनी कहानी, बहुत सोहने संदेश दिंदी है। सो बिल्कुल यही गल्लां ने जिहड़ियां साडे दिलां नूं हलोण दियां ने ते सानूं इन्हां वल गौर जरूर फरमाउणी चाहीदी है। सो बहुत सोहनी तुहाडी कलम है, बहुत सोहनी कहानी तुसीं सिर्फ। शुक्रिया भैन जी, अज कल दे हालातां नूं बयान करदे हुए बहुत बहुत शुक्रिया इस मंच ते आउण दे लई, साडे सारिआं दे नाल सांझ बनाउण दे लई ते प्रोग्राम दा हिस्सा बनन दे लई। सो बिल्कुल जी, इह सन जसवीर भलूरिया जी जो बहुत ही सोहनी कहानी जिहड़ी है सानू सारिआं नूं सुना के गए ने। सो बिल्कुल हुण इस वेले प्रोग्राम दे विच साडे नाल जुड़े ने खुशहाल सिंह मल जी, आओ फिर इन्हां दे वल चलदे आं, बनाउणे आं खुशहाल जी होरां दे नाल सांझ। खुशहाल जी स्वागत प्रोग्राम च। सब तों पहिलां प्यार भरी सत श्री अकाल जी। जी तुहानूं वी प्यार भरी सत श्री अकाल, नाल ही स्वागत अज दे इस प्रोग्राम च। ते खुशहाल जी, जी हांजी हांजी बोलो जी। ਹਾਂਜੀ ਤੁਸੀਂ ਬੋਲੋ ਖੁਸ਼ਹਾਲ ਜੀ, ਰੌਣਕਾਂ ਲਾਉਣੀਆਂ ਨੇ ਵਿਹੜੇ ਚ, ਪਰਿਵਾਰ ਬੈਠਾ ਉਡੀਕੀ ਜਾਂਦਾ ਤੁਹਾਨੂੰ ਵੀ ਅੱਜ ਖਜ਼ਾਨਾ ਕਿਹੜਾ ਨਿਕਲਣਾ। ਬੱਪ ਝਾੜ ਦੇ ਝੂਟਿਆਂ ਨੂੰ ਆਉਂਦੀ ਸੀ, ਸਪੋਰਟ ਚ ਹੋਇਆ ਸੀ ਸਾਫ ਕਰਕੇ। ਪਤਾ ਲੱਗ ਗਿਆ ਸਾਨੂੰ ਵੀ ਅੱਜ ਤੁਸੀਂ ਸਾਗ ਖਾ ਕੇ ਹਟੇ ਹੋ ਤੇ ਸਾਗ ਖਾਂਦੇ ਫਿਰ ਨੀਂਦ ਦੇ ਝੂਟੇ ਉਹਨੇ ਵਾਜਬ ਜਿਹਾ। ਪਰ ਕਮਾਲ ਦੀ ਗੱਲ ਹੈ ਨਾ, ਝੂਟਿਆਂ ਨੇ ਸੌਣ ਨੀ ਦਿੱਤਾ ਤੁਹਾਨੂੰ। ਹਾਂ ਕਿਉਂਕਿ ਜਿਹੜਾ ਪਿਆਰ ਮੁਹੱਬਤ ਹੈ ਇਹ ਸੌਣ ਨੀ ਦਿੰਦਾ, ਕੋਈ ਜਿੰਨੀ ਮਰਜ਼ੀ ਨੀਂਦ ਆ ਜਾਵੇ ਤੇ ਸੰਘਰਸ਼ ਹੀ ਹੈ ਜੀ। ਜੀ ਕਿਉਂਕਿ ਚੰਨ ਪ੍ਰਦਰਸ਼ੀ ਦੇ ਨਾਮ ਤੇ ਦੋ ਲੈਣਾ ਆੜੀ ਏ ਤੂੰ, ਮੇਰਾ ਦਿਲ ਦਾ ਸਕੂਨ ਵੀ ਤੂੰ ਏ, ਜਿੱਥੇ ਲੱਗੀ ਮੇਰੀ ਗਲਤੀ ਸੁਧਾਰਨ ਵਾਲਾ ਵੀ ਤੂੰ ਏ, ਮੈਨੂੰ ਪਤਾ ਮੇਰਾ ਆੜੀ ਵੀ ਤੂੰ ਏ ਤੇ ਦਿਲ ਜਾਨੀ ਵੀ ਤੂੰ ਏ। ਏਦਾਂ ਹੀ ਇੱਕ ਪਰਿਵਾਰ ਨੇ ਨਾ ਘਰ ਦੇ ਵਿੱਚ ਬਿੱਲੀ ਰੱਖੀ ਉਸ ਗਈ ਤੇ ਉਹ ਕਾਫੀ ਉਹਦੀਆਂ ਆਦਤਾਂ ਪਹਿਲਾਂ ਵਧੀਆ ਸੀ, ਹੌਲੀ ਹੌਲੀ ਉਹ ਘਰਦਿਆਂ ਨੂੰ ਥੋੜਾ ਜਿਹਾ ਰਾਸ਼ਨ ਪਾਣੀ ਪਾਉਣਾ ਘੱਟ ਕਰਤਾ ਤੇ ਉਹਦੀਆਂ ਆਦਤਾਂ ਵਿਗੜਨੀ ਸ਼ੁਰੂ ਹੋ ਗਈਆਂ। ਉਹ ਆਪ ਮੂੰਹ ਮਾਰਨ ਲੱਗ ਪਈ ਫਿਰ ਤੇ ਉਹਦੀ ਘਰ ਵਾਲੀ ਕਹਿੰਦੀ ਮੈਂ ਤਾਂ ਬੜੀ ਪਰੇਸ਼ਾਨ ਹੈ, ਮੈਂ ਦੁੱਧ ਪਾਈਆ ਖਾਣ ਹੁੰਦਾ ਪੀ ਜਾਂਦੀ ਹੈ ਲੁੱਕ ਛਿਪ ਕੇ, ਤੇ ਤੁਸੀਂ ਇਹਨੂੰ ਛੱਡ ਕੇ ਆਓ। ਉਹਨੇ ਤਿਆਰੀ ਕੀਤੀ, ਗੱਡੀ ਚ ਪਾਈ ਬਿੱਲੀ ਦੇ, 5 ਕਿਲੋਮੀਟਰ ਤੇ ਛੱਡ ਕੇ ਘਰ ਵਾਪਸ ਆ ਗਿਆ। ਜਦੋਂ ਘਰ ਅੰਦਰ ਬਣ ਲੱਗਾ ਗੱਡੀ ਤੇ ਬਿੱਲੀ ਪਹਿਲਾਂ ਅੰਦਰ, ਬਿੱਲੀ ਉਹ ਤੋਂ ਪਹਿਲੇ ਪਹੁੰਚ ਗਈ ਤੇ ਦੂਜੇ ਦਿਨ ਕਹਿੰਦੀ ਮੈਂ ਇੱਦਾਂ ਤੁਸੀਂ ਦੂਰ ਛੱਡ ਗਏ, 10 ਕਿਲੋਮੀਟਰ ਹੋਰ ਛੱਡਿਆ, ਜੋ ਮੁੜ ਕੇ ਆਇਆ ਤਾਂ ਬਿੱਲੀ ਫਿਰ ਮੁਹਰੇ ਆ ਘਰ ਬੈਠੀ। ਉਹ ਕਹਿੰਦੀ ਏਦਾਂ ਕਰੋ ਰਾਤ ਨੂੰ ਨਾ ਤੁਸੀਂ ਭਾਵੇਂ ਸਵੇਰਾ ਹੋ ਜਾਏ ਇਹਨੂੰ ਦੂਰ ਦਰਾਡੇ ਕਿਤੇ ਜੰਗਲ ਛੱਡ ਕੇ ਆਓ। ਤੇ ਉਹ ਛੱਡਣ ਚਲਾ ਗਿਆ ਤੇ ਜਦੋਂ ਛੱਡ ਛੁੱਟ ਕੇ ਉੱਥੇ ਲਾਤਾ ਬਿੱਲੀ ਨੂੰ ਤਾਂ ਥੋੜੇ ਚਿਰ ਬਾਅਦ ਘਰ ਵਾਲੀ ਨੂੰ ਫੋਨ ਕੀਤਾ, ਕਹਿੰਦਾ ਬਿੱਲੀ ਤਾਂ ਨੀ ਪਹੁੰਚੀ?
ਉਹ ਕਹਿੰਦੀ ਪਹੁੰਚ ਗਈ ਆ, ਕਹਿੰਦੀ ਏਦਾਂ ਕਰਕੇ ਇਹਨੂੰ ਭੇਜ, ਮੈਂ ਹੋਰ ਰਾਹ ਭੁੱਲ ਗਿਆ। ਵਾਜੀ ਵਾ, ਕਿਆ ਬਾਤ ਹੈ ਖੁਸ਼ਹਾਲ ਸੀ। ਸੋ ਦੇਖ ਲਓ ਫਿਰ, ਹੈ ਜਾਨਵਰ ਜਿਹੜੇ ਇਨਸਾਨਾਂ ਨਾਲੋਂ ਜ਼ਿਆਦਾ ਤੇਜ਼ ਹੁੰਦੇ ਆ ਘਰ ਲੱਭਣ ਚ। ਹਾਂਜੀ, ਉਹ ਕਹਿੰਦਾ ਮੈਂ ਏਦਾਂ ਕਰ ਤੂੰ, ਹੁਣ ਮੈਂ ਤਾਂ ਰੋਜ਼ ਛੱਡ ਕੇ ਆਉਂਦਾ ਰਿਹਾ, ਮੇਰੇ ਤੋਂ ਪਹਿਲਾਂ ਪਹੁੰਚਦੀ, ਅੱਜ ਵੀ ਘਰ ਪਹਿਲਾਂ ਪਹੁੰਚ ਗਈ, ਪਰ ਹੁਣ ਮੈਂ ਘਰ ਕਿੱਦਾਂ ਪਹੁੰਚਾ, ਮੈਂ ਜੰਗਲ ਚ ਖੋ ਗਿਆ, ਮੈਨੂੰ ਰਾਹ ਨੀ ਲੱਭਦਾ ਹੁਣ। ਵਾਜੀ ਵਾ, ਕਿਆ ਬਾਤ ਹੈ। ਸੋ ਗੱਲ ਤੁਹਾਡੀ ਸਹੀ ਹੈ। ਸੋ ਇਸੇ ਤਰੀਕੇ ਨਾਲ ਮੇਰੇ ਨਾਲ ਵੀ ਹੋਇਆ ਸੀ, ਮੈਂ ਚੂਹੇ ਨੂੰ ਦੂਰ ਛੱਡਿਆ ਸੀ ਪਰ ਉਹ ਮੇਰੇ ਤੋਂ ਪਹਿਲਾਂ ਘਰੇ ਪਹੁੰਚ ਗਿਆ। ਕਿਉਂਕਿ ਨਿਤ ਕਰਾਂ ਦੁਆ ਰੱਬ ਅੱਗੇ, ਕਾਸ਼ ਕਿਧਰੇ ਕੁਝ ਏਦਾਂ ਦਾ ਹੋ ਜਾਵੇ, ਮੇਰਾ ਮਨ ਫਿਰਦਾ ਭਟ ਗਿਆ, ਜੋ ਉਹ ਤੇਰੇ ਧੁਰ ਅੰਦਰ ਟੀਕਰ ਖੋ ਜਾਵੇ। ਕਰਦਾ ਹਾਂ ਜਿੰਨਾ ਪਿਆਰ ਤੈਨੂੰ, ਤੇ ਦੁਆ ਕਰਦਾ ਤੈਨੂੰ ਵੀ ਓਨਾ ਹੀ ਹੋ ਜਾਵੇ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸੋਹਣੀ ਸ਼ਾਇਰੀ ਤੇ ਚੁਟਕਲੇ, ਬਾ ਕਮਾਲ, ਬਹੁਤ ਵਧੀਆ ਲੱਗਿਆ। ਗੱਡੀ ਵੀ ਤੁਹਾਡੇ ਪੁਲ ਤੇ ਆ ਗਈ ਪਿਛਲੇ ਦੇ। ਬਿਲਕੁਲ ਜੀ। ਸੋ ਗੱਡੀ ਦੀ ਤੁਹਾਡੇ ਨਾਲ ਤੇ ਗੂੜੀ ਸਾਂਝ ਹੈ, ਦੇਖ ਲਓ ਉਹ ਪੂਰੀ ਸਾਂਝ ਨਿਭਾ ਰਹੀ ਹੈ ਸ਼ਾਮ ਦੇ ਟਾਈਮ ਤੋਂ ਲੈ ਕੇ ਹੁਣ ਦੇ ਟਾਈਮ ਤੱਕ। ਮੈਂ ਤਾਂ ਰਾਮਪੁਰ ਕੋਲੋਂ ਮਿੱਟੀ ਵਾਲੇ ਤੁਹਾਡੇ ਕੋਲ ਆ ਗਏ ਅੱਜ ਬੈਠ ਕੇ ਪਟਿਆਲੇ, ਉਹਨੀ ਸੌਣ ਗੱਡੀ ਨੇ ਸੌਣ ਵੀ ਲੈਣਾ। ਹਾਂ ਬਿਲਕੁਲ, ਰਾਮਜੀਤ ਕੰਗੂੜਾ ਜੀ। ਹਾਂ ਕੰਗੂੜਾ, ਮੈਂ ਤਾਂ ਤੁਹਾਨੂੰ ਦੱਸਦਾ, ਫਗਵਾੜੇ ਨੇ ਮੇਰੀ ਭੂਆ ਜੀ ਦਾ ਘਰ ਰੇਲਵੇ ਟਰੈਕ ਦੇ ਨਾਲ ਆ, ਉੱਥੋਂ ਫਗਵਾੜਾ ਲੁਧਿਆਣਾ ਰੇਲ ਚੱਲਦੀ ਆ, ਉੱਥੇ ਨਾ ਮਿੰਟ ਮਿੰਟ ਤੇ ਰੇਲ ਲੰਘੇ ਤਾਂ ਘਰ ਹਿੱਲੇ ਸਾਰੇ। ਮੈਂ ਤਾਂ ਸਾਰੀ ਰਾਤ ਸੁੱਤਾ ਨੀ, ਮੈਂ ਛੱਤ ਵਾਲਾ ਦੇਖਦਾ ਵੀ ਹੁਣ ਵੀ ਡਿੱਗੀ ਹੁਣ ਵੀ ਡਿੱਗੀ। ਮੈਂ ਭੂਆ ਦੇ ਮੁੰਡੇ ਨੂੰ ਸਵੇਰੇ ਕਿਹਾ, ਮੈਂ ਕਿਹਾ ਭਾਜੀ ਵੀ ਤੁਸੀਂ ਏਦਾਂ ਕਿੱਦਾਂ ਸੋਨੇ ਆ, ਕਹਿੰਦਾ ਜੇ ਗੱਡੀ ਦਾ ਲੰਘੇ ਸਾਨੂੰ ਨੀਂਦ ਨੀ ਆਉਂਦੀ। ਬਿਲਕੁਲ ਖੁਸ਼ਹਾਲ ਜੀ, ਗੱਲ ਤੁਹਾਡੀ ਸਹੀ ਹੈ। ਹੌਲੀ ਹੌਲੀ ਨਾ ਜਦੋਂ ਸਾਨੂੰ ਆਦਤਾਂ ਬਣ ਜਾਂਦੀਆਂ ਨੇ ਤੇ ਫਿਰ ਇਹ ਚੀਜ਼ ਉੱਪਰੀਆਂ ਨਹੀਂ ਲੱਗਦੀਆਂ। ਹਾਂ, ਪਹਿਲੀ ਪਹਿਲੀ ਵਾਰ ਜਦੋਂ ਤੁਸੀਂ ਜਿਹੜੇ ਇਸ ਮਾਹੌਲ ਦੇ ਵਿੱਚ ਆਉਂਦੇ ਹੋ ਤੇ ਵਾਕਈ ਨੀਂਦ ਜਿਹੜੀ ਹੈ ਡਿਸਟਰਬ ਹੁੰਦੀ ਹੈ, ਪਰ ਹੌਲੀ ਹੌਲੀ ਆਦਤ ਪੈ ਜਾਂਦੀ ਹੈ। ਸੋ ਬਹੁਤ ਵਧੀਆ ਲੱਗਿਆ ਤੁਸੀਂ ਇਸ ਮੰਚ ਤੇ ਆਏ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਉਣ ਦੇ ਲਈ ਤੇ ਗੱਡੀ ਨਾਲ ਆਪਣੀ ਗੁੜੀ ਜੀ ਸਾਂਝ ਨਿਭਾਉਣ ਦੇ ਲਈ। ਲਓ ਜੀ, ਗਿਆਨ ਗੁਲਾਟੀ ਜੀ, ਅੱਜ ਬੜੇ ਦਿਨਾਂ ਬਾਅਦ ਸਾਨੂੰ ਇਹਨਾਂ ਦੀ ਆਵਾਜ਼ ਜਿਹੜੀ ਹੈ ਸੁਣਨ ਨੂੰ ਮਿਲਣੀ ਹੈ। ਚਲਦੇ ਹਾਂ ਗਿਆਨ ਗੁਲਾਟੀ ਜੀ ਹੋਰਾਂ ਵੱਲ, ਦੇਖਦੇ ਹਾਂ ਗਿਆਨ ਗੁਲਾਟੀ ਜੀ ਅੱਜ ਕੀ ਲੈ ਕੇ ਪਹੁੰਚੇ ਨੇ ਆਪਦੇ ਨਾਲ। ਸੋ ਗਿਆਨ ਗੁਲਾਟੀ ਜੀ, ਸਵਾਗਤ ਰੌਣਕ ਵਿਹੜੇ ਦੀ ਤੁਹਾਡਾ। ਸਤਿ ਸ੍ਰੀ ਅਕਾਲ ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ। ਜੈ ਰਾਮ ਜੀ ਕੀ। ਜੈ ਰਾਮ ਜੀ ਕੀ। ਬੜੇ ਚਿਰਾਂ ਬਾਅਦ ਅੱਜ ਹਾਜ਼ਰੀ ਦਵਾ ਰਿਹਾ। ਵਾਕਈ ਅਸੀਂ ਵੀ ਬੜੇ ਦਿਨਾਂ ਬਾਅਦ ਅੱਜ ਤੁਹਾਡੀ ਆਵਾਜ਼ ਸੁਣ ਰਹੇ ਹਾਂ। ਸਾਡੇ ਲਈ ਵੀ ਬਹੁਤ ਖੁਸ਼ੀ ਵਾਲੇ ਪਲ ਨੇ ਕਿ ਤੁਸੀਂ ਅੱਜ ਵਿਹੜੇ ਚ ਰੌਣਕ ਲਾਉਣ ਦੇ ਲਈ ਪਹੁੰਚੇ ਹੋ। ਕਿਹੜਾ ਖਜ਼ਾਨਾ ਫਿਰ ਅੱਜ ਆਇਆ ਤੁਹਾਡੇ ਨਾਲ? ਮੈਂ ਆਦ ਕਾਫੀ ਪਹਿਲਾਂ ਜਾਣਾ ਸੀ ਪਰ ਮੈਨੂੰ ਫੋਨ ਆ ਗਿਆ ਬਾਹਰੋਂ। ਅੱਛਾ, ਫਿਰ ਲੇਟ ਹੋ ਗਿਆ ਮੈਂ। ਹਾਂਜੀ ਹਾਂਜੀ, ਮਤਲਬ ਤੁਸੀਂ ਬਾਹਰਲਿਆਂ ਦੇ ਵਿਹੜੇ ਚ ਰੌਣਕ ਲਾਉਣ ਪਹੁੰਚ ਗਏ ਸੀ? ਬਾਜੀ ਹੁਣ ਦੌੜ ਭੱਜ ਤੁਹਾਡੇ ਕੋਲ ਪਹੁੰਚ ਗਿਆ। ਚਲੋ ਫਿਰ ਆ ਹੀ ਗਏ, ਮਤਲਬ ਤੇ ਹੁਣ ਲਾਓ ਰੌਣਕਾਂ। ਆਪਣੇ ਸਰੋਤੇ ਪਹਿਲਾਂ ਆਏ ਸੀ, ਕਹਿੰਦੇ ਵੀ ਸਾਰੇ ਠੰਡੇ ਠੰਡੇ ਅੱਜ ਕੰਮ ਸੁਣਾ ਰਹੇ, ਹਾਸੇ ਮਜ਼ਾਕ ਘੱਟ ਆ ਰਿਹਾ। ਤੇ ਮੈਂ ਕਿਹਾ ਥੋੜਾ ਮੈਂ ਹਾਸੇ ਮਜ਼ਾਕ ਵਾਲਾ ਰੌਣਕ ਲਾ ਦਵਾਂ ਅੱਜ। ਵਾਹ ਕਿਆ ਬਾਤ ਹੈ, ਆ ਜਾਓ ਫਿਰ ਲਓ, ਚਲੋ ਸਾਰਿਆਂ ਨੂੰ ਹਸਾਈਏ ਤੇ ਢਿੱਡੀ ਪੀੜਾ ਪਾਈਏ ਸਾਰਿਆਂ ਦੇ। ਸਾਰਿਆਂ ਕੋਲੋਂ ਮਾਫ਼ੀ ਮੰਗਦਾ ਹੋਇਆ ਲੇਡੀਜ਼ ਕੋਲੋਂ, ਚੁਗਲੀਆਂ ਅਕਸਰ ਕਰਦੀਆਂ ਕੌਣ? ਕੌਣ? ਕੁੜੀਆਂ ਤੇ ਬੁੜੀਆਂ। ਹਾਂ ਐਵੇਂ ਹੀ ਲੱਗਦਾ ਅੱਜ ਕੱਲ, ਮੈਨੂੰ ਨੀ ਲੱਗਦਾ ਬਰਾਬਰ ਹੀ ਹੈ। ਮਾਫ਼ੀ ਮੰਗ ਕੇ ਸੁਣਾਉਣ ਲੱਗਾ ਮੈਂ। ਚੁਗਲੀਆਂ ਅਕਸਰ ਕਰਦੀਆਂ ਕੌਣ? ਕੁੜੀਆਂ ਤੇ ਬੁੜੀਆਂ। ਬੇਵਜ੍ਹਾ ਹੀ ਲੜਦੀਆਂ ਕੌਣ? ਕੌਣ ਕੌਣ ਤੁਸੀਂ ਦੱਸੋ, ਮੈਂ ਕਿਉਂ ਦੱਸਾਂ? ਕੁੜੀਆਂ ਤੇ ਬੁੜੀਆਂ। ਅੱਛਾ, ਕੋਈ ਨੀ ਕੋਈ ਨੀ, ਬੋਲੀ ਚੱਲੋ, ਇਹ ਸਾਰੇ ਸ਼ਬਦ ਪੁੱਠੇ ਮੜਵਾਵਾਂਗੇ। ਚੁਗਲੀਆਂ ਅਕਸਰ ਕਰਦੀਆਂ ਕੌਣ? ਕੁੜੀਆਂ ਤੇ ਬੁੜੀਆਂ। ਬੇਵਜ੍ਹਾ ਹੀ ਲੜਦੀਆਂ ਕੌਣ? ਕੁੜੀਆਂ ਤੇ ਬੁੜੀਆਂ। ਇੱਕ ਪਾਸੇ ਹੈ ਸਵਰਗ ਤੇ ਦੂਜੇ ਪਾਸੇ ਗਹਿਣੇ। ਇੱਕ ਪਾਸੇ ਹੈ ਸਵਰਗ ਤੇ ਦੂਜੇ ਪਾਸੇ ਗਹਿਣੇ, ਕਿੱਧਰ ਨੂੰ ਜਾਣਗੀਆਂ ਕੁੜੀਆਂ ਬੁੜੀਆਂ ਫਿਰ? ਸਵਰਗ ਤੇ ਗਹਿਣੇ ਦੋਨੇ ਪਾਸੇ। ਮੈਂ ਤਾਂ ਹੀ ਕਿਹਾ ਮੈਂ ਰੌਣਕ ਮੈਂ ਲਾਉਣਾ ਅੱਜ ਠੰਡਾ ਠੰਡਾ। ਇੱਕ ਪਾਸੇ ਹੈ ਸਵਰਗ ਤੇ ਦੂਜੇ ਪਾਸੇ ਗਹਿਣੇ, ਗਹਿਣਿਆਂ ਉੱਤੇ ਮਰਦੀਆਂ ਹੋਣ ਕੁੜੀਆਂ ਤੇ ਬੁੜੀਆਂ। ਸਾਨੂੰ ਸਵਰਗ ਜੇ ਸਾਨੂੰ ਗਹਿਣੇ ਚਾਹੀਦੇ ਆ। ਚਾਟ ਸਮੋਸਾ ਟਿੱਕੀ ਖਾ ਕੇ,
ਚਾਟ ਸਮੋਸਾ ਟਿੱਕੀ ਖਾ ਕੇ ਪਾਣੀ ਪੂਰੀ ਖਾਣਾ ਚਾਟ ਸਮੋਸਾ ਟਿੱਕੀ ਖਾ ਕੇ ਪਾਣੀ ਪੂਰੀ ਖਾਣਾ ਸਭ ਤੋਂ ਜ਼ਿਆਦਾ ਚੜ੍ਹਦੀਆਂ ਕੌਣ ਕੁੜੀਆਂ ਤੇ ਚਿੜੀਆਂ ਮੇਰੀ ਮੈਡਮ ਵੀ ਲਾਗੇ ਬੈਠੀ ਹੈ ਇਹ ਵੀ ਏਦਾਂ ਕਰਦੀ ਖਾਂਦੀ ਪੀਂਦੀ ਖੁੱਲਾ ਇਹ ਵੀ ਅਗਲਾ ਜਿਹੜਾ ਹੁਣ ਬੋਲਾਂਗਾ ਥੋੜਾ ਜਿਹਾ ਉਹ ਏਦਾਂ ਦਾ ਹੀ ਆ ਹੁਣ ਸ਼ੀਸ਼ੇ ਮੁਰਕੇ ਖੜ ਸ਼ੀਸ਼ੇ ਮੋਹਰੇ ਖੜ ਕੇ ਆਪਣੀ ਸ਼ਕਲ ਵੇਖ ਕੇ ਸ਼ੀਸ਼ੇ ਮੋਹਰੇ ਖੜ ਕੇ ਆਪਣੀ ਸ਼ਕਲ ਵੇਖ ਕੇ ਬਿਨਾਂ ਮੇਕਅਪ ਤੋਂ ਡਰਦੀਆਂ ਕੌਣ ਕੁੜੀਆਂ ਦੇ ਚਿੜੀਆਂ ਤੁਸੀਂ ਚਿੜੀਆਂ ਬਣਾ ਦਿਓ ਨਾਲ ਕੁੜੀਆਂ ਤੇ ਬੁੜੀਆਂ ਮੇਕਅਪ ਨਾਲ ਜੋ ਸੁੰਦਰਤਾ ਦਿਖਾਈ ਜਾਂਦੀ ਆ ਉਹ ਜੋ ਬਿਨਾਂ ਮੇਕਅਪ ਤੋਂ ਉਹ ਵੀ ਡਰ ਜਾਂਦੇ ਆਪਣੇ ਆਪ ਨੂੰ ਵਾਹ ਜੀ ਵਾਹ ਗਿਆਨ ਜੀ ਸਾਰੀਆਂ ਚੀਜ਼ਾਂ ਜਿਹੜੀਆਂ ਛਾਂਟ ਛਾਂਟ ਕੇ ਬੈਠੀ ਇੰਨੀ ਮਿਹਨਤ ਕੀਤੀ ਹੈ ਤੁਸੀਂ ਮੈਂ ਪਹਿਲਾਂ ਆਉਣਾ ਚਾਹੁੰਦਾ ਸੀਗਾ ਪਰ ਥੋੜਾ ਲੇਟ ਹੋ ਗਿਆ ਮੈਂ ਸ਼ੀਸ਼ੇ ਮੋਹਰੇ ਖੜ ਕੇ ਆਪਣੀ ਸ਼ਕਲ ਵੇਖ ਕੇ ਬਿਨਾਂ ਮੇਕਅਪ ਤੋਂ ਡਰਦੀਆਂ ਕੌਣ ਵਾਹ ਕੁੜੀਆਂ ਤੇ ਬੁੜੀਆਂ ਥੋੜਾ ਆਪਣੇ ਉੱਤੇ ਮੈਂ ਲੱਗਾ ਲਿਆਉਣ ਹੁਣ ਹੋਰ ਜਨਾਨੀ ਨੂੰ ਜੇ ਸੋਹਣੀ ਆਖ ਹੀ ਬੈਠੇ ਬੰਦਾ ਹੋਰ ਜਨਾਨੀ ਨੂੰ ਜੇ ਸੋਹਣੀ ਆਖ ਹੀ ਬੈਠੇ ਬੰਦਾ ਧੌਣ ਤੇ ਗੋਡਾ ਧਰਦੀਆਂ ਕੌਣ ਕੁੜੀਆਂ ਤੇ ਚਿੜੀਆਂ ਇਹ ਤੁਹਾਡੇ ਹੱਕ ਦਾ ਵਾ ਬਿਲਕੁਲ ਤੇ ਅਗਲਾ ਜੀ ਆਪਣੀ ਗੱਲ ਮਨਵਾਉਣ ਲਈ ਹੀ ਗਿਆਨ ਹਮੇਸ਼ਾ ਆਪਣੀ ਗੱਲ ਮਨਵਾਉਣ ਲਈ ਹੀ ਗਿਆਨ ਹਮੇਸ਼ਾ ਹੰਝੂਆਂ ਦੇ ਵਿੱਚ ਤਰਦੀਆਂ ਕੌਣ ਕੁੜੀਆਂ ਤੇ ਬੁੜੀਆਂ ਆ ਅਸੀਂ ਪਹਿਲਾਂ ਕੁੜੀਆਂ ਤੇ ਬੁੜੀਆਂ ਗਿਆ ਵੀ ਜਨਾਨੀ ਕੋਲ 100 ਚਲਿੱਤਰ ਹੁੰਦੇ ਕਹਿੰਦੇ ਆ ਆਪਣੀ ਗੱਲ ਮਨਵਾਉਣ ਲਈ ਹੀ ਗਿਆਨ ਹਮੇਸ਼ਾ ਹੰਝੂਆਂ ਦੇ ਵਿੱਚ ਤਰਦੀਆਂ ਕੌਣ ਕੁੜੀਆਂ ਤੇ ਬੁੜੀਆਂ ਰੋ ਕੇ ਮਨਵਾ ਲੈਂਦੇ ਆ ਗੱਲ ਜਿਹੜੀ ਮਨਵਾਉਣੀ ਹੋਵੇ ਆਖਰੀ ਹੈ ਜੀ ਅੜਬ ਪਤੀ ਜਾਂ ਸੱਸ ਕੁਪੱਤੀ ਅੱਥਰੇ ਹੋਣ ਜੇ ਬੱਚੇ ਅੜਬ ਪਤੀ ਜਾਂ ਸੱਸ ਕੁਪੱਤੀ ਅੱਥਰੇ ਹੋਣ ਜੇ ਬੱਚੇ ਗਿਆਨ ਇਹਨਾਂ ਨੂੰ ਜਰਦੀਆਂ ਕੌਣ ਕੁੜੀਆਂ ਤੇ ਬੁੜੀਆਂ ਅੜਬ ਪਤੀ ਜਾਂ ਸੱਸ ਕੁਪੱਤੀ ਅੱਥਰੇ ਹੋਣ ਜੇ ਬੱਚੇ ਗਿਆਨ ਇਹਨਾਂ ਨੂੰ ਜਰਦੀਆਂ ਕੌਣ ਕੁੜੀਆਂ ਤੇ ਚਿੜੀਆਂ ਕੁੜੀਆਂ ਤੇ ਚਿੜੀਆਂ ਕਿਆ ਬਾਤ ਹੈ ਗਿਆਨ ਜੀ ਸੋ ਵਾਕਈ ਕੁੜੀਆਂ ਤੇ ਚਿੜੀਆਂ ਬਹੁਤ ਸੋਹਣੀ ਹਾਸਿਆਂ ਦੇ ਨਾਲ ਭਰਪੂਰ ਤੁਹਾਡੀ ਇਹ ਰਚਨਾ ਤੇ ਬਹੁਤ ਵਧੀਆ ਲੱਗਿਆ ਅੱਜ ਬੜੇ ਦਿਨਾਂ ਬਾਅਦ ਤੁਸੀਂ ਇਸ ਮੰਚ ਤੇ ਆਏ ਤੇ ਨਾਲ ਹਾਸਿਆਂ ਦੀ ਪਟਾਰੀ ਲੈ ਕੇ ਤੇ ਨਾਲ ਹੁਣ ਮਨਪ੍ਰੀਤ ਜੀ ਪੁੱਛ ਰਹੇ ਨੇ ਕਹਿੰਦੇ ਇਹ ਦਿਲ ਤੋਂ ਪਤਨੀ ਤੋਂ ਡਰਦੇ ਕਿਉਂ ਨੇ ਚੁਗਲੀਆਂ ਬੰਦੇ ਕਰਦੇ ਕਿਉਂ ਨੇ ਦੱਸੋ ਫਿਰ ਮੈਂ ਦੱਸਿਆ ਨਾ ਮੈਂ ਪਹਿਲਾਂ ਆਉਣਾ ਚਾਹੁੰਦਾ ਸੀਗਾ ਰੌਣਕ ਲਾਉਣਾ ਚਾਹੁੰਦਾ ਸੀਗਾ ਕਈ ਦਿਨ ਦੀ ਸੋਚ ਸੀ ਰਸਨਾ ਸੁਣਾਵਾਂ ਮੈਂ ਜਸਲੀਨ ਜਿਹੜੇ ਬਿਲਕੁਲ ਮਾਨਸਾ ਤੋਂ ਸਾਡੇ ਨਾਲ ਜੁੜੇ ਨੇ ਕਿਆ ਬਾਤ ਹੈ ਜਸਲੀਨ ਵੀ ਜਿਹੜਾ ਪਸੰਦ ਕਰ ਰਹੇ ਨੇ ਕਿਆ ਬਾਤ ਹੈ ਜੀ ਕਹਿੰਦੇ ਗਿਆਨ ਜੀ ਬਹੁਤ ਸੋਹਣੀਆਂ ਰੌਣਕਾਂ ਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਸਾਡੇ ਮਨਪ੍ਰੀਤ ਜੀ ਮਾਨਸਾ ਵਾਲੇ ਬਹੁਤ ਸਾਰੇ ਥੰਬਸ ਅਪ ਪਹੁੰਚ ਗਏ ਨੇ ਪਰ ਕਹਿੰਦੇ ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਇਸ ਰਚਨਾ ਦਾ ਜਵਾਬ ਬਣਾਈਏ ਦੇਖੋ ਜੀ ਮੈਂ ਆਪਣੇ ਆਪ ਨੂੰ ਵੀ ਸ਼ਾਮਲ ਕਰ ਲਿਆ ਦੇਣਾ ਬਿਲਕੁਲ ਬਾਕੀ ਗਿਆਨ ਜੀ ਬਹੁਤ ਸੋਹਣੀਆਂ ਰੌਣਕਾਂ ਲਾਈਆਂ ਬੜਾ ਵਧੀਆ ਲੱਗਿਆ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਤੁਹਾਡੀ ਆਵਾਜ਼ ਸੁਣਨ ਨੂੰ ਮਿਲਦੀ ਰਹੂਗੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਾਲ ਜੁੜਨ ਦੇ ਲਈ ਤੇ ਇਸ ਮੰਚ ਦੇ ਆਉਣ ਦੇ ਲਈ ਸਾਡੇ ਸਾਰਿਆਂ ਨਾਲ ਸਾਂਝ ਬਣਾਉਣ ਦੇ ਲਈ ਮੇਰੇ ਕੋਲ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆਈ ਜਾਂਦੀਆਂ ਨੇ ਜਿਹੜੀਆਂ ਮਿਸ ਕਾਲ ਦੇ ਰੂਪ ਦੇ ਵਿੱਚ ਬਦਲੀ ਜਾਂਦੀਆਂ ਨੇ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਬਣਾਵਾਂਗੇ ਇਸ ਵੇਲੇ ਜਸਲੀਨ ਤੇ ਭੀਮ ਸੈਨ ਜੀ ਸਾਡੇ ਨਾਲ ਜੁੜੇ ਹੋਏ ਨੇ ਭੀਮ ਸੈਨ ਜੀ ਹੋਰਾਂ ਦੇ ਵੱਲ ਚੱਲਦੇ ਹਾਂ ਪਰ ਨਾਲ ਹੀ ਮੇਰੇ ਕੋਲ ਤੁਹਾਡੇ ਸੁਨੇਹੇ ਵਿਸ਼ਾਲ ਕੁਮਾਰ ਜੀ ਇਟਲੀ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ ਜੀ ਸਾਡੇ ਸਰੋਤੇ ਕਹਿ ਰਿਹਾ ਗਗਨ ਜੀ ਬਹੁਤ ਹੀ ਵਧੀਆ ਸ਼ੋਅ ਹੁੰਦਾ ਤੁਹਾਡਾ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗਿਆਨ ਗੁਲਾਟੀ ਜੀ ਦੀ ਰਚਨਾ
ਬਾ ਕਮਾਲ ਦਵਿੰਦਰ ਕੌਰ ਜੀ ਲੁਧਿਆਣਾ ਵਾਲੇ ਕਹਿ ਰਹੇ ਨੇ ਅਤੇ ਨਾਲ ਹੀ ਜਿਹੜੇ ਹੈਗੇ ਬਲਵੰਤ ਜੀ ਸਿਰੀਏ ਵਾਲਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਬਲਵੰਤ ਸਿੰਘ ਐਫ ਐਮ ਵਾਲਾ ਪਿੰਡ ਅਤੇ ਡਾਕਘਰ ਸਿਰੀਏ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਗੁਰਸਹਿਜ ਸਿੰਘ ਖੁਸ਼ਪ੍ਰੀਤ ਕੌਰ ਹਰਦੀਪ ਕੌਰ ਅਤੇ ਆਡੀਓਜ਼ ਭੇਜੀਆਂ ਨੇ ਕਹਿੰਦੇ ਪਲੇ ਕਰ ਦਿਓ ਪਰ ਮੈਨੂੰ ਲੱਗਦਾ ਅੱਜ ਪਲੇ ਨਹੀਂ ਹੋਣੀ ਹੈ ਕਹਿੰਦੇ ਜੀ ਜੇਕਰ ਰੇਲ ਦੀ ਆਵਾਜ਼ ਸੁਣਨੀ ਹੈ ਤਾਂ ਅਰਦਾਸ ਕਰੋ ਕਿ ਖੁਸ਼ਹਾਲ ਸਿੰਘ ਮੱਲ ਜੀ ਹਾਜ਼ਰ ਹੋਣ ਅਤੇ ਉਹ ਹਰੀ ਝੰਡੀ ਦੇਣ ਫਿਰ ਰੇਲ ਗੱਡੀ ਆਵੇਗੀ ਜਣੇ ਖਣੇ ਦੇ ਨਾਲ ਰੇਲ ਗੱਡੀ ਨਹੀਂ ਆਉਂਦੀ ਪਟਿਆਲੀ ਵਾਲੀ ਸੋ ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਮੈਂ ਵੀ ਆਪਣੇ ਕਹਿੰਦੇ ਸਹੁਰੇ ਪਰਿਵਾਰ ਤੋਂ ਦਵਾਈ ਦਾ ਬਹਾਨਾ ਲਾ ਕੇ ਭੱਜ ਆਇਆ ਸੀ ਅਤੇ ਗੁਆਂਢ ਪਿੰਡ ਦੇ ਵਿੱਚ ਬੈਠਾ ਰੇਡੀਓ ਦਾ ਪ੍ਰੋਗਰਾਮ ਰਿਕਾਰਡ ਕਰਨ ਆਇਆ ਹੋਇਆ ਹਾਂ ਧੰਨਵਾਦ ਜੀ ਕਿਆ ਬਾਤ ਹੈ ਬਲਵੰਤ ਜੀ ਸੋ ਇਹੀ ਤੁਹਾਡਾ ਸਾਰਿਆਂ ਦਾ ਪਿਆਰ ਹੈ ਜਿਹੜਾ ਸਾਡੇ ਲਈ ਮਾਣ ਬਣਦਾ ਸੋ ਵਾਕਈ ਬਹੁਤ ਚੰਗਾ ਲੱਗਦਾ ਤੁਹਾਡੀ ਇਸ ਗੂੜੀ ਜੀ ਸਾਂਝ ਨੂੰ ਵੇਖ ਕੇ ਰੇਡੀਓ ਦੇ ਨਾਲ ਪ੍ਰਾਈਵੇਟ ਬੱਸ ਭਾਵੇਂ ਖਾਲੀ ਹੋਵੇ ਆਧਾਰ ਕਾਰਡ ਦਿਖਾ ਕੇ ਫ੍ਰੀ ਸਫ਼ਰ ਕਰਨ ਕੰਡਕਟਰਾਂ ਦੇ ਗੱਲ ਫੜਦੀਆਂ ਕੌਣ ਕੁੜੀਆਂ ਦੇ ਬੁੜੀਆਂ ਸੋ ਮੈਨੂੰ ਲੱਗਦਾ ਗਿਆਨ ਜੀ ਇਹ ਕੁੜੀਆਂ ਅਤੇ ਬੁੜੀਆਂ ਅੱਜ ਬੜੀ ਰਚਨਾ ਚੱਲਣੀ ਹੈ ਅਤੇ ਬਹੁਤ ਕੁਝ ਆਉਣਾ ਸੋ ਰਜਿੰਦਰ ਸਿੰਘ ਜੀ ਯੂ ਐਸ ਏ ਵਾਲੇ ਬਿਲਕੁਲ ਜੀ ਨਿਊ ਜਰਸੀ ਤੋਂ ਅਮੈਰੀਕਾ ਤੋਂ ਸਾਡੇ ਨਾਲ ਜੁੜੇ ਨੇ ਰਜਿੰਦਰ ਸਿੰਘ ਜੀ ਸੋ ਕਹਿ ਰਹੇ ਗਿਆਨ ਗੁਲਾਟੀ ਜੀ ਛਾ ਗਏ ਹੋ ਕਿਆ ਬਾਤ ਹੈ ਜੀ ਵਾਕਈ ਗਿਆਨ ਗੁਲਾਟੀ ਜੀ ਅੱਜ ਛਾ ਗਏ ਨੇ ਕੁੜੀਆਂ ਅਤੇ ਬੁੜੀਆਂ ਸਾਡੀਆਂ ਭੈਣਾਂ ਚਿੜੀਆਂ ਰਚਨਾਵਾਂ ਦੇ ਵਿੱਚ ਲਿਆ ਕੇ ਸੋ ਨਾਲ ਹੀ ਬਖਸ਼ੀ ਰਾਮ ਜੀ ਕਹਿ ਰਹੇ ਨੇ ਜੀ ਸ਼ਾਬਾਸ਼ ਸੁਰਜੀਤ ਜੀ ਬਹੁਤ ਪਿਆਰੀ ਆਵਾਜ਼ ਵੈਲਡਮ ਗਗਨਦੀਪ ਜੀ ਕਹਿੰਦੇ ਯੂ ਆਰ ਨਾਈਸਲੀ ਪਾਇਲਟ ਪ੍ਰੋਗਰਾਮ ਮਾਸ਼ਾਅੱਲਾ ਸੋ ਬਹੁਤ ਬਹੁਤ ਸ਼ੁਕਰੀਆ ਅਤੇ ਤੁਸੀਂ ਸਾਰੇ ਵੀ ਨਾਲ ਹੁੰਦੇ ਹੋ ਤਾਂ ਹੀ ਇਹ ਕਲਾਕ੍ਰਿਤੀਆਂ ਸਿਰਜੀਆਂ ਜਾਂਦੀਆਂ ਨੇ ਸੋ ਮੈਨੂੰ ਲੱਗਦਾ ਵੀ ਇਕੱਲੀ ਗਗਨ ਵੀ ਕੁਛ ਨਹੀਂ ਕਰ ਸਕਦੀ ਹੈ ਜੇ ਤੁਹਾਡਾ ਸਾਰਿਆਂ ਦਾ ਸਾਥ ਨਾ ਹੋਵੇ ਕਿਉਂਕਿ ਕਲਾ ਤੁਹਾਡੇ ਅੰਦਰ ਹੈ ਸੋ ਇਸੇ ਕਰਕੇ ਇਹ ਕਲਾ ਜਿਹੜੀ ਹੈ ਸਾਰਿਆਂ ਦੇ ਨਾਲ ਆਪਾਂ ਜਦੋਂ ਸਾਂਝੀ ਕਰਦੇ ਇੱਕ ਸੋਹਣਾ ਜਿਹਾ ਪੁਲੰਦਾ ਬੰਦ ਹੈ ਅਤੇ ਮੈਂ ਵੀ ਕਹਿੰਦੇ ਘਰਵਾਲੀ ਨੂੰ ਹੁਣੇ ਆਰਡਰ ਕਰਦਾ ਗੋਲ ਗੋਲ ਮਿੱਠੇ ਮਿੱਠੇ ਬਣਾ ਕੇ ਦੇ ਜਸਵਿੰਦਰ ਜੀ ਕਹਿ ਰਿਹਾ ਜਸਵਿੰਦਰ ਜੀ ਵੇਖਿਓ ਗੋਲ ਗੋਲ ਮਿੱਠੇ ਮਿੱਠੇ ਯਾਦ ਆਉਣ ਤੋਂ ਪਹਿਲਾਂ ਬਹੁਤ ਕੁਛ ਹੋਇਆ ਸੀ ਉਹ ਕਹਾਣੀ ਨਾ ਆਪਣੇ ਘਰੇ ਵਰ ਪਾ ਲਿਓ ਅਤੇ ਸਤਿ ਸ਼੍ਰੀ ਅਕਾਲ ਪਹੁੰਚ ਗਿਆ ਜੀ ਜਗਵੰਤ ਖੇੜਾ ਜੀ ਵੱਲੋਂ ਅਤੇ ਇੱਕ ਬਹੁਤ ਹੀ ਸੋਹਣਾ ਤਸਵੀਰ ਦੇ ਰੂਪ ਦੇ ਵਿੱਚ ਇੱਕ ਮੈਪ ਪਹੁੰਚਿਆ ਹੋਇਆ ਸ਼ਾਇਦ ਘਰ ਦਾ ਮੈਪ ਬਹੁਤ ਵਧੀਆ ਲੱਗਿਆ ਸ਼ੁਕਰੀਆ ਅਤੇ ਲਓ ਫਿਰ ਹੁਣ ਭੀਮ ਸੈਨ ਜੀ ਸਾਡੇ ਨਾਲ ਜੁੜੇ ਨੇ ਚੰਦ ਪਲਾਂ ਦੀ ਸਾਂਝ ਭੀਮ ਜੀ ਸਵਾਗਤ ਇੱਕ ਮਿੰਟ ਆਪਣੇ ਕੋਲ ਮੈਡਮ ਜੀ ਪਿਆਰ ਭਰੀ ਨਮਸਕਾਰ ਜੀ ਮੈਂ ਜ਼ਿਆਦਾ ਟਾਈਮ ਨਹੀਂ ਲੱਗਾ ਕਿਉਂਕਿ ਰੌਣਕ ਵਿਹੜੇ ਦੀ ਰੌਣਕ ਵਿਹੜੇ ਦੀ ਦੇਖੋ ਇੱਥੇ ਲਾਉਂਦੇ ਆ ਪਰ ਕੁੜੀਆਂ ਚਿੜੀਆਂ ਆਪਦੀ ਆਈ ਤੇ ਆ ਜਾਣ ਉਹ ਅਗਲੇ ਦੇ ਘਰੇ ਵੀ ਰੌਣਕ ਲਾਉਂਦਾ ਅੱਜ ਮੇਰੇ ਵਾਸਤੇ ਬਹੁਤ ਵੱਡਾ ਦਿਨ ਚੜਿਆ ਸੀ ਕਿ ਪ੍ਰੋਜ ਸਿੰਘ ਜੀ ਦਿੱਲੀ ਵਾਲੇ ਜਦੋਂ ਆਏ ਸਵੇਰੇ ਸਵੇਰੇ ਜੀ 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 ਤਾਂ ਮੇਰੇ ਘਰ ਦੇ ਵਿਹੜੇ ਚ ਤੁਸੀਂ ਰੌਣਕ ਲਾਤੀ ਵਾਹ ਜੀ ਵਾਹ ਕਿਆ ਬਾਤ ਹੈ ਭੀਮ ਜੀ ਸੋ ਇਹ ਰੌਣਕਾਂ ਹਮੇਸ਼ਾ ਸਦੋ ਹੀ ਲੱਗਦੀਆਂ ਰਹਿਣ ਆਪਣੀਆਂ ਇਹੋ ਦੁਆਵਾਂ ਨੇ ਸੋ ਅੱਜ ਤੁਹਾਡੇ ਘਰੇ ਵਿਹੜੇ ਦੇ ਵਿੱਚ ਰੌਣਕਾਂ ਦਾ ਸਬੱਬ ਬਣਿਆ ਪ੍ਰੇਮ ਜੀ ਹੋਰਾਂ ਦੇ ਨਾਲ ਸੋ ਬਹੁਤ ਵਧੀਆ ਲੱਗਿਆ ਸ਼ੁਕਰੀਆ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਜਸਲੀਨ ਸਾਡੇ ਨਾਲ ਨੇ ਇੱਕ ਮਿੰਟ ਆਪਾਂ ਜਸਲੀਨ ਨੂੰ ਵੀ ਦੇਵਾਂਗੇ ਜਸਲੀਨ ਸਵਾਗਤ ਪ੍ਰੋਗਰਾਮ ਚ ਜਸਲੀਨ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜਸਲੀਨ ਹੁਣ ਮੇਰੇ ਨਾਲ ਤੁਹਾਨੂੰ ਰੇਸ ਲਾਉਣੀ ਪੈਣੀ ਹੈ ਤੇ ਆਪਣੇ ਕੋਲ ਇੱਕ ਮਿੰਟ ਆ ਜਾਓ ਹਾਂਜੀ ਮੈਮ ਮੈਂ ਇੱਕ ਵੀ ਮਿੰਟ ਲਊਂਗੀ ਤੁਹਾਡਾ ਜੀ ਐਕਚੁਲੀ ਗੱਲ ਇਹ ਆ ਕਿ ਆਫਿਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਸਾਡੇ ਇੱਕ ਸਰ ਦੀ ਨਵੀਂ ਟ੍ਰਾਂਸਫਰ ਹੋਈ ਹੈ ਇੱਥੇ ਤੇ ਉਹ ਬੈਠੇ ਹੋਏ ਸੀ ਕਹਿੰਦੇ ਕਿ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਕਿਵੇਂ ਤੁਸੀਂ ਮੂੰਹ ਲਮਕਾਇਆ ਹੋਇਆ ਕਹਿੰਦੇ ਯਾਰ ਕੀ ਦੱਸਾਂ ਕਿਤੇ ਪਹਿਲਾਂ ਤੇ ਕਹਿੰਦੇ ਮੇਰੀ ਘਰਵਾਲੀ ਨੇ 5000 ਦਾ ਸੂਟ ਕਰਵਾ ਚੌਥ ਤੇ ਪਾਉਣਾ ਆ ਅੱਛਾ ਤੇ ਹੁਣ ਕਹਿੰਦੇ ਅੱਜ ਬੈਂਕ ਦੇ ਵਿੱਚ ਪ੍ਰੋਗਰਾਮ ਸੀਗਾ ਮਹਿੰਦੀ ਦਾ ਮੈਂ ਕਿਹਾ ਤੂੰ ਇੱਥੋਂ ਮਹਿੰਦੀ ਲਗਵਾ ਲਾ ਕਹਿੰਦੇ ਨਹੀਂ ਮੈਂ ਤਾਂ ਉੱਥੋਂ ਬਾਹਰ ਪਾ ਕੇ ਲੈ ਕੇ ਆਉਣੀ ਹੈ 500 ਰੁਪਇਆ ਮੇਰਾ ਮਹਿੰਦੀ ਤੇ ਲਗਵਾਤਾ ਅੱਛਾ ਕਹਿੰਦਾ ਮੈਂ ਕਿਹਾ ਕਹਿੰਦਾ ਮੈਂ ਕਿਹਾ ਸਰ ਵਿੜਕੀ ਹੋ ਗਿਆ ਮੈਂ ਕਿਹਾ ਇੰਨਾ ਤਾਂ ਬਣਦਾ ਹੀ ਆ ਕਹਿੰਦਾ ਨਹੀਂ ਯਾਰ ਮੈਨੂੰ ਕਹਿੰਦਾ ਉਹ ਮੈਂ ਇੱਕ ਰੀਲ ਦੇਖੀ ਸੀ ਉਹਦੇ ਵਿੱਚ ਉਹ ਕਹਿੰਦੇ ਹੁੰਦੇ ਆ ਦਿਨ ਦੇ ਵਿੱਚ ਸਾਲ ਦੇ ਵਿੱਚ 365 ਦਿਨ ਹੁੰਦੇ ਆ ਤੇ ਪਹਿਲਾਂ ਤਾਂ ਜਨਾਨੀਆਂ 364 ਦਿਨ ਜੀ ਨਹੀਂ ਦਿੰਦੀਆਂ ਫਿਰ ਇੱਕ ਦਿਨ ਵਰਤ ਰੱਖ ਕੇ ਉਹਨੂੰ ਮਰਨ ਵੀ ਨੀ ਦਿੰਦੀ ਕਹਿੰਦਾ ਹੁਣ ਮੇਰੇ ਨਾਲ ਉਹ ਹੋ ਗਿਆ ਕਿਆ ਬਾਤ ਹੈ ਜਸਲੀਨ ਸੋ ਸੋਹਣੀ ਹੱਡ ਬੀਤੀ ਸੁਣਾਈ ਹੈ ਸੋ ਅੱਜ ਇਹ ਵਾਕਈ ਘਰਾਂ ਦੀ ਹੱਡ ਬੀਤੀ ਹੈ ਸੋ ਬਹੁਤ ਸਾਰੇ ਘਰਾਂ ਦੇ ਵਿੱਚ ਗੱਲ ਤੁਹਾਡੀ ਸਹੀ ਹੈ ਕਿ ਸ਼ੋਪਿੰਗ ਦੇ ਖਰਚੇ ਜਿਹੜੇ ਕਰਵਾ ਚੌਥ ਨੂੰ ਲੈ ਕੇ ਹੋ ਰਹੇ ਨੇ ਸੋ ਜੇਬਾਂ ਵੀ ਢਿੱਲੀਆਂ ਹੋ ਰਹੀਆਂ ਨੇ ਸਜਿਆ ਵੀ ਜਾ ਰਿਹਾ ਸੰਭਰਿਆ ਵੀ ਜਾ ਰਿਹਾ ਜੀ ਮੈਨੂੰ ਵੀ ਐਕਚੁਅਲ ਚੌਥੀ ਫੀਲ ਹੋਈ ਮੈਂ ਕਿਹਾ ਵੀ ਚਲੋ ਅੱਜ ਦੇਖਦੇ ਹਾਂ ਮੈਂ ਕਿਹਾ ਵੀ ਇੰਨਾ ਟਾਈਮ ਤਾਂ ਹੈ ਨਹੀਂ ਕਿ ਮੈਂ ਕਿਹਾ ਸ਼ੇਅਰ ਕਰਦੀ ਹਾਂ ਚਲੋ ਹਾਂ ਬਿਲਕੁਲ ਜੀ ਬਿਲਕੁਲ ਜਸਲੀਨ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਪਣੇ ਵਿਊਜ਼ ਸ਼ੇਅਰ ਕੀਤੇ ਫਿਰ ਕੋਈ ਗੱਲ ਨਹੀਂ ਕੱਲ੍ਹ ਆਪਾਂ ਵਿਸ਼ਾ ਵੀ ਇਹੀ ਲੈ ਕੇ ਆਵਾਂਗੇ ਕਰਵਾ ਚੌਥ ਦਾ ਸੋ ਸੋਹਣੀਆਂ ਸੋਹਣੀਆਂ ਗੱਲਾਂ ਇਸ ਮੰਚ ਤੇ ਸਾਂਝੀਆਂ ਕਰਾਂਗੇ ਕਿਸੇ ਦਾ ਦਿਲ ਨਹੀਂ ਦੁਖਾਵਾਂਗੇ ਹਾਂ
ਕੁਝ ਚੰਗੀਆਂ ਗੱਲਾਂ ਦੀ ਸਾਂਝ ਜ਼ਰੂਰ ਪਾਵਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਫਿਰ ਇੱਥੇ ਕਰਦੇ ਹਾਂ ਸਮਾਪਤ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਮੰਚ ਤੇ ਆਏ, ਸਾਡੇ ਸਾਰਿਆਂ ਦੇ ਨਾਲ ਸਾਂਝ ਬਣਾਈ। ਸੋ ਬਹੁਤ ਸਾਰੇ ਅੱਜ ਸੁਨੇਹੇ ਜਿਹੜੇ ਆ ਰਹਿ ਗਏ ਨੇ, ਸੋ ਇਸ ਕਰਕੇ ਮੈਂ ਮਾਫ਼ੀ ਚਾਹੂੰਗੀ, ਕਿਸੇ ਨੇ ਨਾਰਾਜ਼ ਨਹੀਂ ਹੋਣਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਰੂਰ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਦੀ ਸਾਂਝ ਪਾਵਾਂਗੇ। ਸੋ ਦਿਲੋਂ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਕਿ ਇਸ ਪਰਿਵਾਰ ਦੇ ਵਿੱਚ, ਇਸ ਵਿਹੜੇ ਦੇ ਵਿੱਚ ਆ ਕੇ ਸਾਡੇ ਸਾਰਿਆਂ ਦੇ ਨਾਲ ਇਸ ਪਰਿਵਾਰ ਦੀ ਰੌਣਕ ਵਧਾਉਣ ਦੇ ਲਈ। ਸੋ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ। ਜੇ ਚੰਗਾ ਲੱਗਿਆ ਫੀਡਬੈਕ ਜ਼ਰੂਰ ਦਿਓ ਦਰਸ਼ਨ ਸਿੰਘ ਬਸਰਾਉਣ ਜੀ ਨੂੰ 815-557-5591 ਤੇ ਸਰਵਨ ਸਿੰਘ ਟਿਵਾਣਾ ਜੀ ਨੂੰ। ਫੀਡਬੈਕ ਦੇਣ ਦੇ ਲਈ ਨੰਬਰ ਡਾਇਲ ਕਰ ਲਿਓ 219-670-4579। ਅੱਜ ਦਾ ਪ੍ਰੋਗਰਾਮ ਹੁੰਦਾ ਇੱਥੇ ਸਮਾਪਤ। ਕੱਲ੍ਹ ਲੈ ਕੇ ਆਵਾਂਗੇ ਫਿਰ ਕੁਝ ਨਾ ਕੁਝ ਨਵਾਂ ਤੇ ਕੁਝ ਨਾ ਕੁਝ ਖਾਸ। ਤਦ ਤੱਕ ਲੈ ਦਿਓ ਇਜਾਜ਼ਤ।